ਸਤਿ ਸ਼੍ਰੀ ਅਕਾਲ ਜੀ ਸਟੱਡੀਜ਼ ਬਰਡ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ 21 ਜਨਵਰੀ ਤੇ ਅੱਜ ਦੇ ਲੈਕਚਰ ਦੀ ਸ਼ੁਰੂਆਤ ਆ ਜੋ ਆਪਾਂ ਲਾਸਟ ਲੈਕਚਰ ਦੇ ਵਿੱਚ ਕੁਐਸਚਨ ਪੁੱਛੇ ਸੀ ਉਹਨਾਂ ਤੋਂ ਕਰਾਂਗੇ ਦੇਖਾਂਗੇ ਕਿਹੜੇ ਕਿਹੜੇ ਕੁਐਸਚਨ ਸੀ ਫਿਰ ਉਸ ਤੋਂ ਬਾਅਦ ਜਾਣਾਂਗੇ ਉਹਨਾਂ ਦੇ ਆਨਸਰ ਫਿਰ ਦੇਖਾਂਗੇ ਵੀ ਆਪਾਂ ਨੂੰ ਉਹਨਾਂ ਦੇ ਆਨਸਰ ਕਿਨਾਂ ਤੋਂ ਮਿਲੇ ਆ ਤੇ ਉਸ ਤੋਂ ਬਾਅਦ ਜਾਣਾਂਗੇ ਅੱਜ ਦੀ ਕਲਾਸ ਦੇ ਵਿੱਚ ਕਰੰਟ ਅਫੇਅਰ ਵਿੱਚ ਕੀ ਖਾਸ ਰਹਿਣ ਵਾਲਾ ਇੱਕੋ ਇੱਕ ਬੇਨਤੀ ਆ ਵੀ ਜਿਹੜੇ ਚੈਨਲ ਤੇ ਨਵੇਂ ਹੁੰਦੇ ਆ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਜੀ ਤੇ ਵੀਡੀਓ ਨੂੰ ਵੀ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੁਹਾਨੂੰ ਡਿਸਲਾਈਕ ਕਰਨ ਦਾ ਵੀ ਪੂਰਾ ਹੱਕ ਹੈ ਜੇ ਤੁਹਾਨੂੰ ਵੀਡੀਓ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਪਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ ਵੀ ਕਿੱਥੇ ਜੇ ਕਮੀਆਂ ਆ ਆਪਾਂ ਉਸ ਦੇ ਵਿੱਚ ਸੁਧਾਰ ਲਿਆਉਂਦੀ ਜਰੂਰ ਕੋਸ਼ਿਸ਼ ਕਰਾਂਗੇ ਜੀ ਚਲੋ ਜੀ ਅੱਜ ਦਾ ਇਹ ਲੈਕਚਰ ਆਪਾਂ ਸਟਾਰਟ ਕਰਦੇ ਆਂ ਤੇ ਜਿਹੜਾ ਇਹ ਲੈਕਚਰ ਤੁਹਾਨੂੰ ਸੁਬਾ 3 ਜਾਂ 3:30 ਵਜੇ ਤੱਕ ਮਿਲ ਜਾਏਗਾ ਠੀਕ ਹੈ ਤੁਸੀਂ ਜਿੰਨੀ ਜਲਦੀ ਉੱਠ ਸਕਦੇ ਹੋ ਉਹ ਤੁਹਾਡੀ ਸ਼ਰਤ ਹੈ ਜਿੰਨੀ ਜਲਦੀ ਉੱਠ ਕੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਥੋੜੇ ਜਿਹੇ ਟਾਈਮ ਦੀ ਗੱਲ ਹੈ ਜਲਦੀ ਉੱਠ ਜਾਇਆ ਕਰੋ ਚਲੋ ਜੀ ਆਪਾਂ ਹੁਣ ਕੁਐਸਚਨ ਦੇਖ ਲੈਂਦੇ ਆ ਵੀ ਜਿਹੜੇ ਆਪਾਂ ਲਾਸਟ ਲੈਕਚਰ ਦੇ ਵਿੱਚ ਪੁੱਛਿਆ ਸੀ ਫਰਸਟ ਕੁਐਸਚਨ ਦੇਖ ਲੈਂਦੇ ਆ ਹੂ ਇਜ਼ ਦਾ ਰਾਈਟਰ ਆਫ ਦਾ ਕਾਮਨਵੈਲਥ ਆਫ ਕ੍ਰਿਕਟ ਠੀਕ ਹੈ ਜੀ ਇਹ ਬੁੱਕ ਰਿਲੀਜ਼ ਹੋਈ ਸੀ ਤਾਂ ਇਸ ਤੇ ਜੋ ਰਾਈਟਰ ਦੇਖਣ ਨੂੰ ਮਿਲ ਰਹੇ ਸੀ ਉਹ ਕੌਣ ਸੀ ਰਾਮਚੰਦਰ ਗੋਹਾਜੀ ਠੀਕ ਹੈ ਜੀ ਰਾਮਚੰਦਰ ਗੋਹਾਜੀ ਹੈ ਜੋ ਇਸ ਤੇ ਰਾਈਟਰ ਦੇ ਕਿਤਾਬੋਂ ਮਿਲ ਰਹੀ ਸੀ ਦਾ ਕਾਮਨਵੈਲਥ ਆਫ ਕ੍ਰਿਕਟ ਨੈਕਸਟ ਕੁਐਸਚਨ ਦੇਖਦੇ ਹਾਂ ਗੁੱਡ ਗਵਰਨੈਂਸ ਡੇ ਸੈਲੀਬ੍ਰੇਟਡ ਇਨ ਦਾ ਮੈਮਰੀ ਆਫ ਵਿਚ ਇੰਡੀਅਨ ਪਰਸਨੈਲਿਟੀ ਐਂਡ ਸੈਲੀਬ੍ਰੇਟਡ ਔਨ ਵਿਚ ਡੇ ਠੀਕ ਹੈ ਜੀ ਕਿੰਨਾਂ ਦੀ ਯਾਦ ਦੇ ਵਿੱਚ ਜੋ ਗੁੱਡ ਗਵਰਨੈਂਸ ਡੇ ਹੈ ਸੈਲੀਬ੍ਰੇਟ ਕੀਤਾ ਜਾਂਦਾ ਹੈ ਤਾਂ ਉਹ ਨੇ ਅਟਲ ਬਿਹਾਰੀ ਵਾਜਪਾਈ ਜੀ ਹੈ ਠੀਕ ਹੈ ਇਹਨਾਂ ਦੀ ਯਾਦ ਦੇ ਵਿੱਚ ਹੈ ਜੋ ਇਹ ਸੈਲੀਬ੍ਰੇਟ ਕੀਤਾ ਜਾਂਦਾ ਯਾਨੀ ਕਿ ਇਹਨਾਂ ਦੀ ਬਰਥ ਐਨੀਵਰਸਰੀ ਤੇ ਹੈ ਜੋ ਇਹ ਦਿਨ ਗੁੱਡ ਗਵਰਨਰਸ ਡੇ ਉਹ ਜੋ ਆਪਾਂ ਸੈਲੀਬ੍ਰੇਟ ਕਰਦੇ ਆ ਤੇ ਇਹਨਾਂ ਦੀ ਬਰਥ ਐਨੀਵਰਸਰੀ ਹੁੰਦੀ ਕਦੋਂ ਆ 25 ਦਸੰਬਰ ਦੇ ਵਿੱਚ ਹੈ ਜੋ ਇਹਨਾਂ ਦੀ ਬਰਥ ਐਨੀਵਰਸਰੀ ਹੁੰਦੀ ਹੈ ਤੇ ਉਸੇ ਦਿਨ ਹੀ ਗੁੱਡ ਗਵਰਨਰਸ ਡੇ ਉਹ ਜੋ ਆਪਾਂ ਸੈਲੀਬ੍ਰੇਟ ਕਰਦੇ ਆ ਨੈਕਸਟ ਕੁਐਸਚਨ ਤੇ ਚੱਲਦੇ ਆ ਇੰਡੀਆ ਇਨੋਵੇਸ਼ਨ ਇੰਡੈਕਸ 2020 ਠੀਕ ਹੈ ਜੀ ਹੁਣੇ ਰੀਸੈਂਟਲੀ ਜੋ ਰਿਲੀਜ਼ ਹੋਇਆ ਹੈ ਇੰਡੀਆ ਇਨੋਵੇਸ਼ਨ ਇੰਡੈਕਸ ਤਾਂ ਇਹ ਪੁੱਛਿਆ ਸੀ ਕਿਹਦੇ ਦੁਆਰਾ ਜੋ ਰਿਲੀਜ਼ ਕੀਤਾ ਗਿਆ ਤਾਂ ਇਹ ਰਿਲੀਜ਼ ਕਰਿਆ ਗਿਆ ਨੀਤੀ ਆਯੋਗ ਦੁਆਰਾ ਜੋ ਇਹ ਰਿਲੀਜ਼ ਕਰਿਆ ਗਿਆ ਠੀਕ ਹੈ ਜੀ ਤੇ ਇਸ ਦੇ ਵਿੱਚ ਜੋ ਟੌਪ ਤੇ ਰਹੀ ਹੈ ਸਟੇਟ ਤਾਂ ਉਹ ਕਿਹੜੀ ਹੈ ਕਰਨਾਟਕਾ ਇਸ ਦੇ ਵਿੱਚ ਟੌਪ ਤੇ ਰਹੀ ਹੈ ਵਿਚ ਇਜ਼ ਦਾ ਫਰਸਟ ਨੇਸ਼ਨ ਟੂ ਰੀਸੀਵ ਕੋਵਿਡ 19 ਵੈਕਸੀਨ ਫਰੋਮ ਇੰਡੀਆ ਆਪਾਂ ਇਹ ਦੇਖਿਆ ਸੀ ਕੱਲ ਕੋਵ ਸ਼ੀਲਡ ਜਿਹੜੀ ਉਹ ਵੈਕਸੀਨ ਹੈ ਦਿੱਤੀ ਜਾ ਰਹੀ ਸੀ ਜਿਹੜੇ ਕਾਫੀ ਦੇਸ਼ਾਂ ਨੂੰ ਆਪਾਂ ਦੇਖੀ ਸੀ ਪਟਾਨ ਨੂੰ ਤੇ ਬੰਗਲਾਦੇਸ਼ ਨੂੰ ਜਿਵੇਂ ਫ੍ਰੀ ਡੋਸ ਜਿਹੜੀ ਦਿੱਤੀ ਜਾ ਰਹੀ ਸੀ ਤਾਂ ਜੇ ਫਰਸਟ ਨੇਸ਼ਨ ਪੁੱਛਿਆ ਸੀ ਵੀ ਪਹਿਲਾ ਨੇਸ਼ਨ ਹੈ ਕਿਹਨੂੰ ਜਿਹੜੀ ਹੈਗੀ ਆ ਭਾਰਤ ਤੋਂ ਜਿਹੜੀ ਉਹ ਜਿਹੜੀ ਵੈਕਸੀਨ ਆ ਪ੍ਰਾਪਤ ਹੋਈ ਆ ਤਾਂ ਇਹ ਇਸ ਦਾ ਆਨਸਰ ਕੀ ਹੋਣਾ ਸੀ ਮਾਲਦੀਵ ਹੈ ਠੀਕ ਹੈ ਜਿਸ ਨੂੰ ਫਰਸਟ ਨੇਸ਼ਨ ਬਣਿਆ ਜਿਸ ਨੂੰ ਇੰਡੀਆ ਤੋਂ ਜਿਹੜੀ ਇਹ ਕੋਵਿਡ-19 ਦੀ ਕੋਵਿ ਸ਼ੀਲਡ ਹੈ ਵੈਕਸੀਨ ਗਈ ਹੈ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਵਿਚ ਇਜ਼ ਦਾ ਨੈਸ਼ਨਲ ਸਪੋਰਟ ਆਫ ਪੋਟਾਂ ਪੋਟਾਂ ਦੀ ਕੱਲੀ ਦੱਸਿਆ ਸੀ ਨੈਸ਼ਨਲ ਸਪੋਰਟਸ ਕਿਹੜੀ ਦੇਖਣ ਨੂੰ ਮਿਲਦੀ ਆ ਆਰਚਰੀ ਠੀਕ ਹੈ ਜੀ ਤੀਰੰਦਾਜ਼ੀ ਯਾਨੀ ਕਿ ਪੰਜਾਬੀ ਦੇ ਵਿੱਚ ਕਹਾਂ ਤਾਂ ਜਿਹੜੀ ਉਹ ਤੀਰੰਦਾਜ਼ੀ ਹੈ ਉਹੀ ਇਹਨਾਂ ਦੀ ਜਿਹੜੀ ਹੈਗੀ ਆ ਨੈਸ਼ਨਲ ਸਪੋਰਟ ਹੈ ਪੋਟਾਂ ਦੀ ਤੇ ਅੰਗਰੇਜ਼ੀ ਦੇ ਵਿੱਚ ਕਹੀਏ ਤਾਂ ਆਰਚਰੀ ਨੈਕਸਟ ਕੁਐਸਚਨ ਤੇ ਚੱਲਦੇ ਆਂ ਵਿਚ ਕੰਟਰੀ ਹੈਜ਼ ਲਾਰਜੈਸਟ ਨੰਬਰ ਆਫ ਮਾਈਗ੍ਰੈਂਟ ਫਰਮ ਇੰਡੀਆ ਠੀਕ ਹੈ ਜੀ ਰੀਸੈਂਟਲੀ ਜਿਹੜਾ ਹੈਗਾ ਯੂਨ ਨੇ ਕਿਹਾ ਸੀਗਾ ਵੀ ਜਿਹੜੇ ਇੰਡੀਆ ਦੇ ਐ ਸਭ ਤੋਂ ਜ਼ਿਆਦਾ ਵਰਲਡ ਦੇ ਵਿੱਚ ਉਹੀ ਦੇਖਣ ਨੂੰ ਮਿਲਦੇ ਆ ਜਿਹੜੇ ਕੰਮ ਦੀ ਭਾਲ ਦੇ ਵਿੱਚ ਲੋਕ ਦੂਜੇ ਦੇਸ਼ਾਂ ਦੇ ਵਿੱਚ ਗਏ ਗਏ ਹੋਇਆ ਤੇ ਸਭ ਤੋਂ ਜ਼ਿਆਦਾ ਕਿਹੜੀ ਕੰਟਰੀ ਦੇ ਵਿੱਚ ਆ ਇੰਡੀਆ ਦੇ ਜਿਹੜੇ ਮਾਈਗ੍ਰੈਂਟ ਹੋ ਕੇ ਪਰਸਨ ਗਏ ਹੋਇਆ ਤਾਂ ਉਹ ਦੇਖਣ ਨੂੰ ਮਿਲਦਾ ਹੈ ਯੂਏਈ ਦੇ ਵਿੱਚ ਠੀਕ ਹੈ ਜੀ ਯੂਏਈ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਜਿੱਥੇ ਰੀਸੈਂਟਲੀ ਆਈਪੀਐਲ ਜੋ 2020 ਵੀ ਇੱਥੇ ਹੀ ਹੋਇਆ ਸੀ ਠੀਕ ਹੈ ਜੀ ਆਈਪੀਐਲ 2020 ਜੋ ਹੋਇਆ ਸੀ ਉਹ ਯੂਆਈ ਦੇ ਵਿੱਚ ਹੀ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਵਿਚ ਸਟੇਟ ਵਿਲ ਲਾਂਚ ਦਾ ਇੰਡੀਆਜ਼ ਫਰਸਟ ਲੇਬਰ ਲੇਬਰ ਮੂਵਮੈਂਟ ਮਿਊਜ਼ੀਅਮ ਤਾਂ ਇਹ ਕਿਹੜੀ ਸਟੇਟ ਹੈ ਜਿਹੜੀ ਇਹ ਬਣਾਉਗੀ ਤਾਂ ਇਸ ਦਾ ਆਨਸਰ ਕੀ ਹੋਏਗਾ ਕੇਰਲਾ ਠੀਕ ਹੈ ਜੀ ਕੇਰਲਾ ਸੈਟਅਪ ਕਰੂਗੀ ਫਰਸਟ ਲੇਬਰ ਮੂਵਮੈਂਟ ਮਿਊਜ਼ੀਅਮ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਕੋਵਿਡ 19 ਵੈਕਸੀਨ ਕੋਵਸ਼ੀਲਡ ਡਵੈਲਪ ਡਵੈਲਪਡ ਬਾਈ ਵਿਚ ਇੰਸਟੀਚਿਊਟ ਆਫ ਇੰਡੀਆ ਠੀਕ ਹੈ ਜੀ ਤਾਂ ਇਹ ਕਿਹੜੇ ਇੰਸਟੀਚਿਊਟ ਦੁਆਰਾ ਡਵੈਲ ਕੀਤੀ ਗਿਆ ਸਰਮ ਇੰਸਟੀਚਿਊਟ ਹੈ ਜਿਹੜਾ ਪੂਨੇ ਦੇ ਵਿੱਚ ਦੇਖਣ ਨੂੰ ਮਿਲਦਾ ਤੇ ਅੱਜ ਹੀ ਇਹਦੇ ਬਾਊਟ ਇੱਕ ਨਿਊਜ਼ ਵੀ ਹੈ ਵੀ ਇੱਥੇ ਉਹ ਮੈਂ ਰੱਖੀ ਤਾਂ ਨਹੀਂ ਹੈਗੀ ਫਿਰ ਵੀ ਆਪਾਂ ਡਿਸਕਸ ਕਰ ਲੈਣਾ ਵੀ ਇਸ ਦੀ ਜੋ ਬਿਲਡਿੰਗ ਹੈ ਉਸ ਦੇ ਵਿੱਚ ਅੱਗ ਲੱਗੀ ਤੇ ਉੱਥੇ ਕੁਝ ਕੁ ਲੋਕਾਂ ਦੀ ਡੈਥ ਵੀ ਹੋ ਗਈ ਹੈ ਠੀਕ ਹੈ ਜਿਹੜਾ ਹੈ ਸਰਮ ਇੰਸਟੀਚਿਊਟ ਜਿਹੜਾ ਪੂਨੇ ਵਿੱਚ ਦੇਖਣ ਨੂੰ ਮਿਲਦਾ ਠੀਕ ਹੈ ਜਿਹੜਾ ਲਾਰਜੇਸਟ ਤੇ ਹੈਗਾ ਜਿਹੜਾ ਵੈਕਸੀਨ ਵਗੈਰਾ ਬਣਾਉਂਦਾ ਹੈਗਾ ਠੀਕ ਹੈ ਤੇ ਇਸ ਦੀ ਬਿਲਡਿੰਗ ਦੇ ਵਿੱਚ ਅੱਗ ਲੱਗੀ ਹੈ ਤੇ ਅੱਜ ਦੀ ਇਹ ਨਿਊਜ਼ ਹੈ ਥੋੜਾ ਟਾਈਮ ਪਹਿਲਾਂ ਮੈਂ ਪੜ੍ਹ ਕੇ ਹਟਾਇਆ ਸੀਗਾ ਚਲੋ ਜੀ ਹੁਣ ਆਪਾਂ ਦੇਖ ਲੈਂਦੇ ਹਾਂ ਫਿਰ ਕਿੰਨਾ ਤੋਂ ਆਪਾਂ ਨੂੰ ਇਹਨਾਂ ਦੇ ਆਨਸਰ ਮਿਲੇ ਆ ਏਸੀ ਕੇ ਲਾਸਟ ਲੈਕਚਰ ਦੇ ਵਿੱਚ ਆਪਣੇ ਪੁੱਛੇ ਗਏ ਕੁਐਸਚਨ ਜੋ ਆਪ ਨੂੰ ਆਨਸਰ ਹੈ ਮੀਨਾਗਰਕ ਏ ਕੇ ਬਰਾੜ ਠੀਕ ਹੈ ਖੁਸ਼ਬੂ ਬਲਜੀਤ ਕੌਰ ਤੇ ਗੁਰਪ੍ਰੀਤ ਕੁਲਰ ਤੋਂ ਆਪਾਂ ਨੂੰ ਆਨਸਰ ਮਿਲਿਆ ਤੇ ਇੱਕ ਹੋਰ ਇੱਕ ਹੋਰ ਸੀਗਾ ਵੀ ਕਮੈਂਟ ਆ ਸੀ ਪਿੰਧਰਟ ਲੋ ਨੇ ਕਰਿਆ ਸੀਗਾ ਉਹਨਾਂ ਨੇ ਲਿਖਿਆ ਸੀ ਵੀ ਜਿਹੜੇ ਹੈਗੇ ਆ ਮਤਲਬ ਨਿਊਜ਼ ਹੈ ਮੇਰੇ ਖਿਆਲ ਚ ਇਦਾਂ ਹੀ ਗਿਆ ਸੀ ਵੀ ਜਿਹੜੀਆਂ ਨਿਊਜ਼ ਨੇ ਉਹ ਐਮਸੀਕਿਊ ਦੀ ਫਾਰਮ ਦੇ ਵਿੱਚ ਲਿਆਂਦੀਆਂ ਜਾਣ ਤਾਂ ਕੀ ਕਹਨੇ ਹੋ ਜਿਹੜਾ ਹੈਗਾ ਨੈਕਸਟ ਲੈਕਚਰ ਹੈ ਤਾਂ ਉਹ ਐਮਸੀਕਿਊ ਦੀ ਫਾਰਮ ਦੇ ਵਿੱਚ ਬਣਾਇਆ ਜਾਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖ ਦਿਓ ਵੀ ਤੁਸੀਂ ਕਿਵੇਂ ਚਾਹੁੰਦੇ ਹੋ ਵੀ ਬਣਾਇਆ ਜਾਵੇ ਤਾਂ ਜਰੂਰ ਲਿਖ ਦਿਓ ਠੀਕ ਹੈ ਜੇ ਨਹੀਂ ਚਾਹੁੰਦੇ ਵੀ ਇਦਾਂ ਹੀ ਚੱਲੇ ਤਾਂ ਉਹ ਵੀ ਲਿਖ ਦਿਓ ਜਿੱਧਰ ਮジョਰਿਟੀ ਆਪਣੀ ਦੀ ਕੀ ਆਪਾਂ ਉਵੇਂ ਹੀ ਕਰ ਲਾਂਗੇ ਚਲੋ ਜੀ ਆਪਾਂ ਹੁਣ ਆਪਣੀ ਇੰਪੋਰਟੈਂਟ ਨਿਊਜ਼ ਤੇ ਚੱਲਦੇ ਹਾਂ ਇੱਕ ਹੋਰ ਫਿਲਮ ਸਿਟੀ ਬਣਾਈ ਜਾ ਰਹੀ ਹੈ ਤਾਂ ਇਹ ਕਿਹੜੀ ਸਟੇਟ ਦੇ ਵਿੱਚ ਬਣਾਈ ਜਾ ਰਹੀ ਹੈ ਜੀ ਇਹ ਬਣਾਈ ਜਾ ਰਹੀ ਹੈ ਸਿੱਕਮ ਦੇ ਵਿੱਚ ਕਿਹਾ ਜਾ ਰਿਹਾ ਵੀ ਜਿਹੜੀ ਫਿਲਮ ਸਿਟੀ ਹੈ ਇਹ ਬਣਾਈ ਜਾਊਗੀ ਇਸ ਦੇ ਵਿੱਚ ਹੈ ਕਾਫੀ ਜੋ ਚੀਜ਼ਾਂ ਬਣਾਈਆਂ ਜਾਣਗੀਆਂ ਰੈਂਸ ਫੈਸ਼ਨ ਇਵੈਂਟਸ ਵਗੈਰਾ ਤੇ ਹੋਰ ਵੀ ਜਿਹੜੇ ਇਦਾਂ ਦੇ ਨੇ ਠੀਕ ਹੈ ਜਿਹੜੇ ਐਡੀਟਿੰਗ ਸਟੂਡੀਓ ਸਾਊਂਡ ਸਟੂਡੀਓ ਇਦਾਂ ਦਾ ਵਗੈਰਾਗਾ ਜਿਹੜਾ ਹੈਗਾ ਇੱਥੇ ਬਣਾਇਆ ਜਾਊਗਾ ਐਕਟਿੰਗ ਸਕੂਲ ਹਨਾ ਐਕਟਿੰਗ ਸਕੂਲ ਤੋਂ ਯਾਦ ਆ ਨੈਸ਼ਨਲ ਸਕੂਲ ਡਰਾਮਾ ਦੇ ਜੋ ਚੇਅਰਮੈਨ ਨੇ ਪ੍ਰੈਜੈਂਟ ਚੇਅਰਮੈਨ ਨੇ ਕੌਣ ਦੇਖਣ ਨੂੰ ਮਿਲਦੇ ਆ ਜਰਾ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਉਹਨਾਂ ਦੇ ਆਨਸਰ ਤੇ ਆਨਸਰ ਦੇ ਦਿਓ ਉਹਨਾਂ ਦਾ ਨਾਮ ਠੀਕ ਹੈ ਜੀ ਤੇ ਉਹਨਾਂ ਨੇ ਫਿਰ ਹੀਰਾ ਫੇਰੀ movies ਵੀ ਕੰਮ ਕੀਤਾ ਹੀਰਾ ਫੇਰੀ movies ਵੀ ਕੰਮ ਕੀਤਾ ਠੀਕ ਹੈ ਹੁਣ ਤਾਂ ਤੁਹਾਨੂੰ ਯਾਦ ਆ ਜਾਣਾ ਚਾਹੀਦਾ ਤੇ ਜਿਹੜਾ ਹੈ ਸਿਕਮ ਹੈ ਇਹਦੇ ਬਾਰੇ ਵੀ ਗੱਲਬਾਤ ਕਰ ਜਾ ਰਹੇ ਕਿਉਂਕਿ ਇਹ ਇਥੇ 3 ਜੋ ਸਟੇਟ ਬਣ ਜਾ ਰਹੀ ਹੈ ਜਿੱਥੇ ਫਿਲਮ ਸਿਟੀ ਬਣੂਗੀ ਠੀਕ ਹੈ ਫਸਟ ਆਪਾਂ ਦੇਖੀ ਸੀ ਵੀ ਯੂਪੀ ਦੇ ਵਿੱਚ ਬਣਾਈ ਗਈ ਸੀ ਨੋਇਡਾ ਦੇ ਵਿੱਚ ਸੈਕੰਡ ਆਪਾਂ ਦੇਖੀ ਸੀ ਹਰਿਆਣਾ ਦੇ ਅਬਾਊਟ ਵੀ ਆਪਾਂ ਕੱਲ ਨਿਊਜ਼ ਡਿਸਕਸ ਕਰੀ ਸੀ ਜਿਹੜਾ ਫੋਕ ਡਾਂਸ ਜਿਹੜਾ ਹੈਗਾ ਫੋਕ ਆਰਟ ਨੂੰ ਪ੍ਰੋਮੋਟ ਕਰਨ ਦੇ ਲਈ ਜਿਹੜੀ ਫਿਲਮ ਸਿਟੀ ਹੈ ਉੱਥੇ ਬਣਾਈ ਜਾ ਰਹੀ ਹੈ ਤੇ ਜਿਹੜੀ ਥਰਡ ਹੈ ਇਹ ਸਿੱਕਮ ਦੇ ਵਿੱਚ ਬਣਾਈ ਜਾ ਰਹੀ ਹੈ ਹੁਣ ਆਪਾਂ ਸਿੱਕਮ ਬਾਊਟ ਵੀ ਇੰਪੋਰਟੈਂਟ ਇੰਪੋਰਟੈਂਟ ਜਿਹੜੀਆਂ ਗੱਲਾਂ ਹੈਗੀਆਂ ਸ਼ੇਅਰ ਕਰ ਲੈਣੇ ਆ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਜੋ ਇੱਥੋਂ ਦੇ ਸੀਐਮ ਦੇਖਣ ਨੂੰ ਮ ਪ੍ਰੇਮ ਸਿੰਘ ਤੋਂ ਮੰਗਦੀ ਹੈ ਜੋ ਇੱਥੋਂ ਦੇ ਸੀਐਮ ਦੇਖਣ ਨੂੰ ਮਿਲਦੇ ਆ ਤੇ ਜੋ ਇੱਥੋਂ ਦੇ ਗਵਰਨਰ ਨੇ ਗੰਗਾ ਪ੍ਰਸ਼ਾਦ ਜੀ ਹੈ ਜੋ ਇੱਥੋਂ ਦੇ ਕੀ ਦੇਖਣ ਨੂੰ ਮਿਲਦੇ ਆ ਗਵਰਨਰ ਦੇਖਣ ਨੂੰ ਮਿਲਦੇ ਆ ਤੇ ਇੱਥੋਂ ਦੀ ਜੋ ਕੈਪੀਟਲ ਹੈ ਕੈਪੀਟਲ ਦੇ ਵਿੱਚ ਹੀ ਆ ਬਣਾਈ ਜਾ ਰਹੀ ਹੈ ਗੰਗਟੋਕ ਠੀਕ ਹੈ ਜੀ ਯਾਦ ਰੱਖੋ ਇਹ ਲਿਖਿਆ ਪਿਆ ਗੰਗਟੋਕ ਹੈ ਜੋ ਇੱਥੋਂ ਦੀ ਕੈਪੀਟਲ ਦੇਖਣ ਨੂੰ ਮਿਲਦੀ ਹੈ ਤੇ ਇੱਥੇ ਹੀ ਜੋ ਹੈ ਇਹ ਫਿਲਮ ਸਿਟੀ ਕੰਪਲੈਕਸ ਹੈ ਬਣਾਇਆ ਜਾਊਗਾ ਠੀਕ ਹੈ ਜੀ ਤਾਂ ਕੈਪੀਟਲ ਕੀ ਹੋਗੀ ਗੰਗਟੋਕ ਹੈ ਜੋ ਇੱਥੋਂ ਦੀ ਕੈਪੀਟਲ ਹੋਗੀ ਤੇ ਹੋਰ ਵੀ ਇੱਥੇ ਜੋ ਰੀਸੈਂਟ ਨਿਊਜ਼ ਦੇ ਵਿੱਚ ਸੀ ਆਪਾਂ ਉਹ ਡਿਸਕਸ ਕਰ ਲੈਨੇ ਇੱਕ ਹੋਰ ਹਾਂ ਸਟੈਟ ਦਾ ਪੋਰਸ਼ਨ ਆ ਆਪਾਂ ਦੇਖ ਲੈਨੇ ਜੋ ਕੰਚਨਜੰਗਾ ਠੀਕ ਹੈ ਜੋ ਇੱਥੇ ਕੀ ਦੇਖਣ ਨੂੰ ਮਿਲਦੀ ਹੈ ਇੰਡੀਆ ਦੀ ਜੋ ਹਾਈਐਸਟ ਮਾਊਂਟੇਨ ਪੀਕ ਹੈ ਉਹ ਇਹੀ ਹੈ ਠੀਕ ਹੈ ਜੀ ਜੋ ਕੰਚਨਜੰਗਾ ਹੈ ਇਹ ਇੰਡੀਆ ਦੀ ਹਾਈਐਸਟ ਮਾਊਂਟੇਨ ਪੀਕ ਹੈ ਜੇ ਪੁੱਛ ਲਿਆ ਜਾਂਦਾ ਇੰਡੀਆ ਦੀ ਜਿਹੜੀ ਹਾਈਐਸਟ ਮਾਊਂਟਨ ਹੈ ਤਾਂ ਉਹ ਹੈ ਕੰਚਨਜੰਗਾ ਹੀ ਹੋਊਗੀ ਜੇ ਪੁੱਛ ਲਿਆ ਜਾਂਦਾ ਵਰਲਡ ਦੀ ਕਿਹੜੀ ਹੈਗੀ ਵਰਲਡ ਦੀ ਪੁੱਛਿਆ ਜਾਂਦਾ ਤਾਂ ਵਰਲਡ ਦੇ ਵਿੱਚ ਇਹ 91 ਨੰਬਰ ਤੇ ਆਉਂਦੀ ਹੈ ਵਰਲਡ ਤੇ ਆਉਂਦੀ ਹੈ 3rd ਨੰਬਰ ਤੇ ਆਉਂਦੀ ਤੇ ਫਸਟ ਤੁਹਾਨੂੰ ਪਤਾ ਹੀ ਹੈ ਮਾਊਂਟ ਐਵਰੇਸਟ ਹੈ ਜੋ ਸਭ ਤੋਂ ਵਰਲਡ ਦੀ ਜਿਹੜੀ ਹਾਈਐਸਟ ਮਾਊਂਟਨ ਹੈ ਉਹ ਮਾਊਂਟ ਐਵਰੇਸਟ ਦੇਖਣ ਨੂੰ ਮਿਲਦੀ ਹੈ ਰੀਸੈਂਟਲੀ ਇਹਦੀ ਜਿਹੜੀ ਹੈਗੀ ਆ ਲੰਬਾਈ ਵੀ ਮਾਪੀ ਗਈ ਸੀ ਤਾਂ ਕਿੰਨੀ ਇਸ ਦੇ ਵਿੱਚ ਵਾਧਾ ਹੋਇਆ 0.86 ਮੀਟਰ ਦਾ ਜੋ ਇਸ ਦੇ ਵਿੱਚ ਵਾਧਾ ਹੋਇਆ 2848.86 ਮੀਟਰ ਹੈ ਜੋ ਇਸ ਦੀ ਹਾਈਟ ਦੇਖਣ ਨੂੰ ਮਿਲਦੀ ਹੈ ਮਾਉਂਟ ਐਵਰੈਸਟ ਦੀ ਤੇ ਕਿੱਥੇ ਆ ਇਹ ਦੇਖਣ ਨੂੰ ਮਿਲਦੀ ਹੈ ਨੇਪਾਲ ਦੇ ਵਿੱਚ ਹੈ ਠੀਕ ਹੈ ਜੀ ਆਪਣੇ ਗੁਆਂਢ ਦੇ ਵਿੱਚ ਹੀ ਪੈਂਦਾ ਤੇ ਉੱਥੋਂ ਦੇ ਜਿਹੜੇ ਹੈਗੇ ਐਕਸਟਰਨਲ ਅਫੇਅਰ ਮਿਨਿਸਟਰ ਵੀ ਆਪਣੇ ਭਾਰਤੀ ਦੌਰੇ ਤੇ ਆਏ ਹੋ ਸੀ ਯਾਦ ਹੈ ਨਾ ਚਲੋ ਜੀ ਹੁਣ ਆਪਾਂ ਵਾਪਸ ਆਉਣੇ ਆ ਸਿੱਕਮ ਤੇ ਵਾਪਸ ਆਉਣੇ ਆ ਜਿਹੜਾ ਇਹ ਆਪਾਂ ਨੂੰ ਜਿਹੜੀ ਕੰਚਨਜੰਗਾ ਹੈ ਇਹ ਹਾਈਐਸਟ ਮਾਊਂਟਨ ਦੇਖਣ ਨੂੰ ਮਿਲਦੀ ਹੈ ਇੰਡੀਆ ਤੇ ਵਰਲਡ ਦੀ ਜਿਹੜੀ ਹੈਗੀ ਆ ਥਰਡ ਹਾਈਐਸਟਰ ਮਾਊਂਟੇਨਰ ਠੀਕ ਹੈ ਜੀ ਤੇ ਇੱਥੇ ਜਿਹੜਾ ਹੈਗਾ ਨੈਸ਼ਨਲ ਪਾਰਕ ਜਿਹੜਾ ਦੇਖਣ ਨੂੰ ਮਿਲਦਾ ਹੈ ਇੱਥੇ ਦੇਖਣ ਨੂੰ ਮਿਲਦਾ ਜੀ ਆਪਾਂ ਦੇਖ ਲੈਨੇ ਆ ਖੰਗ ਚੈਨ ਜੰਗਾ ਨੈਸ਼ਨਲ ਪਾਰਕ ਹੈ ਜੋ ਇੱਥੇ ਦੇਖਣ ਨੂੰ ਮਿਲਦਾ ਹੈ ਕਾਫੀ ਵੱਡਾ ਨਾਮ ਹੈ ਨੋਟ ਕਰ ਲਿਓ ਖੰਗ ਚੈਨ ਜੰਗਾ ਨੈਸ਼ਨਲ ਪਾਰਕ ਹੈ ਜੋ ਇੱਥੇ ਦੇਖਣ ਨੂੰ ਮਿਲਦਾ ਹੈ ਤੇ ਇੱਥੇ ਰੀਸੈਂਟਲੀ ਕੀ ਨਿਊਜ਼ ਦੇ ਵਿੱਚ ਸੀ ਤਾਂ ਇਸ ਦਾ ਵੀ ਡਿਸਕਸ ਕਰ ਲੈਨੇ ਆ ਜਿਹੜੀ 100% ਆਰਗੇਨਿਕ ਸਟੇਟ ਹੈ ਜਿਹੜੀ ਠੀਕ ਹੈ ਬਣੀ ਸੀ ਇੰਡੀਆ ਦੀ ਆਪਣੇ ਇੰਡੀਆ ਦੀ ਜਿਹੜੀ ਫਰਸਟ 100% ਆਰਗੇਨਿਕ ਸਟੇਟ ਬਣੀ ਸੀ ਤਾਂ ਉਹ ਕਿਹੜੀ ਸੀ ਸਿੱਕਮ ਹੀ ਬਣੀ ਸੀ ਤੇ ਯੂਟੀ ਕਿਹੜੀ ਬਣੀ ਸੀ ਉਹ ਜ਼ਰਾ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦਿਓ ਥੋੜਾ ਜਿਹਾ ਟਾਈਮ ਪਹਿਲਾਂ ਹੀ ਆਪਾਂ ਇਹ ਨਿਊਜ਼ ਡਿਸਕਸ ਕਰੀ ਸੀ ਜਿਹੜੀਆਂ ਇਹ ਅਲੱਗ ਤੋਂ ਕਰੋਗੇ ਤਾਂ ਇਹ ਕਮੈਂਟ ਸੈਕਸ਼ਨ ਤੇ ਜਿਹੜਾ ਕਰੂਗਾ ਉਸ ਦਾ ਆਪਾਂ ਡਿਸਕਸ ਕਰ ਲਾਂਗੇ ਤੁਸੀਂ ਲਿਖ ਦਿਓ ਵੀ 100% ਯੂਟੀ ਆਰਗੇਨਿਕ ਕਿਹੜੀ ਬਣੀ ਹੈ ਆਰਗੇਨਿਕ ਤੋਂ ਭਾਵ ਯਾਨੀ ਕਿ ਇਸ ਦੇ ਵਿੱਚ ਕੋਈ ਵੀ ਕੈਮੀਕਲ ਜਿਹੜੀਆਂ ਫਰਟੀਲਾਈਜ਼ਰ ਖਾਦ ਵਗੈਰਾ ਨੇ ਜਾ ਜਿਹੜੀਆਂ ਪੈਸਟੀਸਾਈਡ ਨੇ ਉਹਨਾਂ ਦਾ ਯੂਜ਼ ਨਹੀਂ ਕੀਤਾ ਜਾਂਦਾ ਜਿਹੜੇ ਇੱਥੋਂ ਦੇ ਫਾਰਮੂਲੇਟ ਨੇ ਉਹ ਆਰਗੈਨਿਕ ਜਿਹੜੇ ਹਿੱਕਦੇ ਆ ਸਰਟੀਫਾਈਡ ਹੁੰਦੇ ਆ ਠੀਕ ਆ ਜੀ ਤਾਂ ਇਹ ਫਸਟ ਜਿਹੜੀ ਆਪਣੀ ਸਟੇਟ ਬਣੀ ਸੀ ਆਰਗੈਨਿਕ ਸਟੇਟ ਬਣੀ ਸੀ ਪੂਰੀ ਤਰ੍ਹਾਂ 100% ਤਾਂ ਉਹ ਸਿੱਕਮ ਸੀ ਤੇ ਯੂਟੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸ ਦਿਓ ਤੇ ਸਿੱਕਮ ਦੇ ਵਿੱਚ ਹੀ ਜਿਹੜਾ ਹੈਗਾ ਆਪਾਂ ਕਹਿ ਦਈਏ ਫਸਟ ਗਲਾਸ ਫਲੋਰ ਹੈ ਜੋ ਇੱਥੇ ਹੀ ਬਣਾਇਆ ਗਿਆ ਸੀ ਠੀਕ ਆ ਟੂਰਿਜ਼ਮ ਦੀ ਜਿਹੜੀ ਐਕਟੀਵਿਟੀ ਹੈ ਉਸ ਨੂੰ ਬੁੜਾਵਾ ਦੇਣ ਦੇ ਲਈ ਇਦਾਂ ਦਾ ਕੰਮ ਕੀਤਾ ਜਾਂਦਾ ਤੁਸੀਂ ਦੇਖਿਆ ਹੋਊਗਾ ਤੇ ਜੋ ਰਿਸ਼ੀਕੇਸ਼ ਹੈ ਠੀਕ ਹੈ ਉੱਤਰਾਖੰਡ ਦੇ ਵਿੱਚ ਵੀ ਜੋ ਹੈ ਗਲਾਸ ਫਲੋਰ ਬਣਾਇਆ ਗਿਆ ਸੀ ਉਹ ਕਿਸ ਨੂੰ ਬਣਾਇਆ ਗਿਆ ਸੀ ਜੋ ਲਕਸ਼ਮਣ ਝੂਲਾ ਹੈ ਉਸ ਨੂੰ ਤੋੜ ਕੇ ਬਣਾਇਆ ਗਿਆ ਸੀ ਮੈਂ ਪਹਿਲਾਂ ਵੀ ਦੱਸਿਆ ਸੀਗਾ ਠੀਕ ਹੈ ਆਪਸ਼ਨ ਦੇ ਹਿਸਾਬ ਨਾਲ ਚੱਲਿਓ ਜੋ ਕੁਐਸਚਨ ਬੰਦ ਹੈ ਵੀ ਇੰਡੀਆ ਦਾ ਜੋ ਫਰਸਟ ਗਲਾਸ ਫਲੋਰ ਬਣਾਇਆ ਗਿਆ ਸੀ ਤਾਂ ਉਸ ਦਾ ਆਨਸਰ ਸਿੱਕਮ ਹੋਊਗਾ ਜੇ ਇਦਾਂ ਪੁੱਛ ਲਿਆ ਜਾਵੇ ਇੰਡੀਆ ਦਾ ਜਿਹੜਾ ਫਰਸਟ ਗਲਾਸ ਫਲੋਰ ਸੀ ਲਕਸ਼ਮਣ ਝੂਲਾ ਨੂੰ ਤੋੜ ਕੇ ਬਣਾਇਆ ਗਿਆ ਸੀ ਤਾਂ ਉਹ ਕਿਹੜਾਗਾ ਦੈਟ ਇਜ਼ ਉਹ ਹੋਊਗਾ ਰਿਸ਼ੀਕੇਸ਼ ਦੇ ਵਿੱਚ ਆ ਜੋ ਉੱਤਰਾਖੰਡ ਦੇ ਵਿੱਚ ਆ ਠੀਕ ਹੈ ਇਹ ਇਹਦਾ ਆਨਸਰ ਹੋਊਗਾ ਤੇ ਜਿਹੜਾ ਸੈਕਿੰਡ ਹੈ ਠੀਕ ਹੈ ਜੀ ਜਿਹੜਾ ਸੈਕਿੰਡ ਕਲਾਸ ਫਲੋਰ ਬਣਾਇਆ ਜਾ ਰਿਹਾ ਉਹ ਕਿੱਥੇ ਬਣਾਇਆ ਜਾ ਰਿਹਾ ਬਿਹਾਰ ਦੇ ਵਿੱਚ ਠੀਕ ਹੈ ਜੀ ਬਿਹਾਰ ਦੇ ਵਿੱਚ ਹੈ ਜੋ ਸੈਕਿੰਡ ਗਲਾਸ ਫਲੋਰ ਹੈ ਜੋ ਬਣਾਇਆ ਜਾ ਰਿਹਾ ਤੇ ਫਸਟ ਹੈ ਜੋ ਸਿੱਕਮ ਦੇ ਵਿੱਚ ਬਣਿਆ ਸੀਗਾ ਇਹ ਇੰਪੋਰਟੈਂਟ ਇੰਪੋਰਟੈਂਟ ਗੱਲਾਂ ਜੋ ਸਿੱਕਮ ਦੇ ਨਾਲ ਰੀਸੈਂਟਲੀ ਕੁਝ ਗੱਲਾਂ ਨਿਊਜ਼ ਦੇ ਵਿੱਚ ਸੀ ਤੇ ਜੋ ਇਸ ਦੇ ਇਫੈਕਟ ਨੇ ਉਹ ਵੀ ਯਾਦ ਰੱਖਿਓ ਚਲੋ ਜੀ ਹੁਣ ਆਪਾਂ ਨੈਕਸਟ ਨਿਊਜ਼ ਤੇ ਚੱਲਦੇ ਹਾਂ ਅਗਲੀ ਨਿਊਜ਼ ਆ ਇੱਕ ਆਬਲੋਕਨ ਜੋ ਸੌਫਟਵੇਅਰ ਹੈ ਇਹ ਲਾਂਚ ਕੀਤਾ ਗਿਆ ਇਹ ਕਾਦੇ ਲਈ ਕੀਤਾ ਗਿਆ ਵੈਸੇ ਤਾਂ ਜੋ ਵੀ ਇਦਾਂ ਦੇ ਕੰਮ ਹੋ ਰਿਹਾ ਤੁਹਾਨੂੰ ਪਤਾ ਹੈ ਜੋ ਈ-ਗਵਰਨੈਂਸ ਦੇ ਲਈ ਹੈ ਜੋ ਇਦਾਂ ਦੇ ਹੋ ਰਹੇ ਹੈ ਤਾਂ ਇਹ ਨਿਊਜ਼ ਕਿੱਥੋਂ ਦੀ ਹੈ ਕਰਨਾਟਕਾ ਦੀ ਨਿਊਜ਼ ਹੈ ਇੰਪੋਰਟੈਂਟ ਹੈ ਨਿਊਜ਼ ਯਾਦ ਰੱਖਿਓ ਕਈ ਵਾਰੀ ਹੋ ਸਕਦਾ ਵਨ ਲਾਈਨਰ ਦੇ ਵਿੱਚ ਪੁੱਛ ਲਿਆ ਜਾਵੇ ਆਪਲੋਕਨ ਸੌਫਟਵੇਅਰ ਕਿਸ ਜਿਹੜੀ ਹੈਗਾ ਸਟੇਟ ਦੁਆਰਾ ਲਾਂਚ ਕੀਤਾ ਗਿਆ ਤਾਂ ਇਹ ਕਰਨਾਟਕਾ ਦੁਆਰਾ ਜਿਹੜਾ ਹੈਗਾ ਲਾਂਚ ਕੀਤਾ ਗਿਆ ਇਸ ਦੇ ਵਿੱਚ ਕੀ ਆ ਥੋੜਾ ਜਿਆਦਾ ਦੇਖ ਲੈਦੇ ਆ ਜੋ ਇੱਕ ਸਾਡੀ ਜਿਹੜੀ ਕਹਿ ਰਹੇ ਆ ਵੀ ਟਰਾਂਸਪੇਰੈਂਸੀ ਲਾਉਣ ਦੇ ਲਈ ਤਾਂ ਕਿ ਜਿਹੜੇ ਹੈਗੇ ਕੰਮ ਜਿਹੜੇ ਹੈਗੇ ਚੰਗੀ ਤਰ੍ਹਾਂ ਹੋ ਸਕਣ ਵੀ ਇਹਨਾਂ ਦੀ ਜਿਹੜੀ ਹੈਗੀ ਸਰਕਾਰ ਹੈ ਦੇਖੇ ਇਹ ਦੇਖਣ ਨੂੰ ਜੋ ਮਿਲ ਰਿਹਾ ਤੁਸੀਂ ਤਸਵੀਰਤ ਵਿੱਚ ਦੇਖ ਸਕਦੇ ਹੋ ਇਹਨੇ ਬੀਐਸ ਯਾ ਦ੍ਰਿਪਾ ਜੋ ਇੱਥੋਂ ਦੇ ਸੀਐਮ ਨੇ ਕਰਨਾਟਕਾ ਦੇ ਇਹ ਕਹਿ ਰਿਹਾ ਵੀ ਇਹਨਾਂ ਦੀ ਸਰਕਾਰ ਦੇ ਦੁਆਰਾ ਜਿਹੜੇ ਕੰਮ ਕੀਤੇ ਜਾ ਰਹੇ ਆ ਜਾਂ ਇਦਾਂ ਦੇ ਜੋ ਇਨੋਵੇਟਿਵ ਜਿਹੇ ਕੰਮ ਕੀਤੇ ਹੀ ਜਗਏ ਆ ਠੀਕ ਹੈ ਉਹਨਾਂ ਦਾ ਜਿਹੜਾ ਹੈਗਾ ਡਾਟਾ ਵਗੈਰਾ ਜਿਹੜਾ ਹੈਗਾ ਇਸ ਦੇ ਨਾਲ ਹੈ ਜੋ ਇਹਨਾਂ ਕੋਲੇ ਪਹੁੰਚ ਜਗਾ ਠੀਕ ਹੈ ਤਾਂ ਕਰਕੇ ਇਦਾਂ ਦਾ ਜਿਹੜਾ ਹੈਗਾ ਇਹ ਆਬਲੋਕਨ ਸੌਫਟਵੇਅਰ ਹੈ ਜੋ ਲਾਂਚ ਕੀਤਾ ਜਾ ਰਿਹਾ ਹੈ ਹੁਣ ਆਪਾਂ ਕਰਨਾਟਕਾ ਬਹੁਤ ਇੰਪੋਰਟੈਂਟ ਇੰਪੋਰਟੈਂਟ ਗੱਲਾਂ ਦੇਖ ਲੈਣੇ ਆ ਸੀਐਮ ਤਾਂ ਤੁਸੀਂ ਦੇਖ ਹੀ ਲਿਆ ਬੀਐਸ ਯਦਰੱਪਾ ਜੋ ਇੱਥੋਂ ਦੇ ਸੀਐਮ ਦੇਖਣ ਨੂੰ ਮਿਲਦੇ ਆ ਤੇ ਜੋ ਕਰਨਾਟਕਾ ਦੇ ਗਵਰਨਰ ਨੇ ਕੌਣ ਦੇਖਣ ਨੂੰ ਮਿਲਦੇ ਆ ਵਜੂਬਾਈ ਬਾਲਾਜੀ ਆ ਜੋ ਇੱਥੋਂ ਦੇ ਕੀ ਦੇਖਣ ਨੂੰ ਮਿਲਦੇ ਆ ਗਵਰਨਰ ਦੇਖਣ ਨੂੰ ਮਿਲਦੇ ਆ ਤੇ ਇੱਥੋਂ ਦੀ ਕੈਪੀਟਲ ਕੀ ਆ ਬੈਂਗਲੌਰ ਆ ਇੱਥੋਂ ਦੀ ਕੈਪੀਟਲ ਦੇਖਣ ਨੂੰ ਮਿਲਦੀ ਆ ਠੀਕ ਹੈ ਜੀ ਤੇ ਜੋ ਇਸਰੋ ਦਾ ਹੈੱਡਕੁਆਟਰ ਹੈ ਉਹ ਵੀ ਆਪਾਂ ਨੂੰ ਕਰਨਾਟਕਾ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਠੀਕ ਹੈ ਬੈਂਗਲੌਰ ਕਰਨਾਟਕਾ ਦੇ ਵਿੱਚ ਹੀ ਆਪਾਂ ਨੂੰ ਇਸਰੋ ਦਾ ਜੋ ਕੀ ਦੇਖਣ ਨੂੰ ਮਿਲਦਾ ਹੈ ਹੈੱਡਕੁਆਟਰ ਦੇਖਣ ਨੂੰ ਮਿਲਦਾ ਤੇ ਇਸਰੋ ਦੇ ਜੋ ਚੇਅਰਮੈਨ ਦੇਖਣ ਨੂੰ ਮਿਲਦੇ ਆ ਕੇ ਸਿਵਾਨ ਜੀ ਹੈ ਜੋ ਇਸ ਦੇ ਚੇਅਰਮੈਨ ਦੇਖਣ ਨੂੰ ਮਿਲਦੇ ਆ ਇਸਰੋ ਦੇ ਚਲੋ ਜੀ ਆਪਾਂ ਹੁਣ ਇਸ ਤੇ ਵਾਪਸ ਆਉਨੇ ਆ ਕਰਨਾਟਕਾ ਦੇ ਕਰਨਾਟਕਾ ਕਾਦੇ ਵਿੱਚ ਨੰਬਰ 1 ਹੈ ਕਾਫੀ ਪ੍ਰੋਡਕਸ਼ਨ ਦੇ ਵਿੱਚ ਹੈ ਜੋ ਨੰਬਰ 1 ਹੈ ਠੀਕ ਹੈ ਸਭ ਤੋਂ ਜ਼ਿਆਦਾ ਜੋ ਕਾਫੀ ਦੀ ਪ੍ਰੋਡਕਸ਼ਨ ਆਪਣੇ ਇੰਡੀਆ ਦੇ ਵਿੱਚ ਉਹ ਕਿੱਥੇ ਹੁੰਦੀ ਹੈ ਕਰਨਾਟਕਾ ਦੇ ਵਿੱਚ ਹੁੰਦੀ ਹੈ ਠੀਕ ਹੈ ਜੀ ਇੱਥੋਂ ਦੇ ਜੋ ਨੈਸ਼ਨਲ ਪਾਰਕ ਇੰਪੋਰਟੈਂਟ ਹੈ ਆਪਾਂ ਉਹ ਦੇਖ ਲੈਣੇ ਆ ਬੰਦੀਪੁਰ ਨੈਸ਼ਨਲ ਪਾਰਕ ਠੀਕ ਹੈ ਜੀ ਬੰਦੀਪੁਰ ਨੈਸ਼ਨਲ ਪਾਰਕ ਤੇ ਨਗਰਹੋਲ ਨੈਸ਼ਨਲ ਪਾਰਕ ਠੀਕ ਹੈ ਜੀ ਕੁਦਰਮੁਖ ਨੈਸ਼ਨਲ ਪਾਰਕ ਕੁਦਰਮੁਖ ਨੈਸ਼ਨਲ ਪਾਰਕ ਦੰਦੇਲੀ ਨੈਸ਼ਨਲ ਪਾਰਕ ਠੀਕ ਹੈ ਜੀ ਇਹ ਇੰਪੋਰਟੈਂਟ ਹੈ ਨੋਟ ਕਰ ਲਿਓ ਇਹਨੇ ਜੋ ਕਰਨਾਟਕਾ ਦੇ ਵਿੱਚ ਆਪਾਂ ਨੂੰ ਨੈਸ਼ਨਲ ਪਾਰਕ ਦੇਖਣ ਨੂੰ ਮਿਲਦੇ ਆ ਤੇ ਆਪਾਂ ਇੱਥੇ ਟੈਂਪਲ ਵੀ ਦੇਖ ਲੈਨੇ ਆ ਵੀ ਕਿਹੜੇ ਕਿਹੜੇ ਆ ਇੰਪੋਰਟੈਂਟ ਟੈਂਪਲ ਹੈ ਜੋ ਦੇਖਣ ਨੂੰ ਮਿਲਦੇ ਆ ਇਨ ਬਾਊਟ ਵੀ ਟੈਂਪਲ ਤੇ ਵੀ ਕਾਫੀ ਕੁਐਸਚਨ ਬੰਦੇ ਆ ਤਾਂ ਕਰਕੇ ਮੈਂ ਸੋਚਤਾ ਵੀ ਜਿਹੜੇ ਹੈਗੇ ਟੈਂਪਲ ਵੀ ਆਪਾਂ ਲੈ ਕੇ ਚੱਲਿਆ ਕਰੀਏ ਜਿਹੜੀਆਂ ਸਟੇਟ ਤੇ ਇੰਪੋਰਟੈਂਟ ਇੰਪੋਰਟੈਂਟ ਜ਼ਿਆਦਾ ਪੁੱਛੇ ਜਾਂਦੇ ਆ ਉਹ ਆਪਾਂ ਦੇਖ ਲੈ ਕਰਾਂਗੇ ਇੱਥੇ ਦੇਖਣ ਨੂੰ ਮਿਲਦਾ ਇੱਕ ਤਾਂ ਹੰਪੀ ਟੈਂਪਲ ਹੈ ਜੋ ਇੱਥੇ ਦੇਖਣ ਨੂੰ ਮਿਲਦਾ ਕਰਨਾਟਕਾ ਦੇ ਵਿੱਚ ਦੇਖਣ ਨੂੰ ਮਿਲਦਾ ਇੱਕ ਗੋਂਟੇਸ਼ਵਰ ਨੈਸ਼ਨਲ ਪਾਰਕ ਕੌਮਟੇਸ਼ਵਰ ਨੈਸ਼ਨਲ ਪਾਰਕ ਆ ਗਿਆ ਕੌਮਟੇਸ਼ਵਰ ਜਿਹੜਾ ਹੈਗਾ ਟੈਂਪਲ ਹੈ ਉਹ ਵੀ ਇੱਥੇ ਦੇਖਣ ਨੂੰ ਮਿਲਦਾ ਹੈ ਠੀਕ ਹੈ ਜੀ ਵੀਰੂ ਜਿਹੜਾ ਹੈਗਾ ਵੀਰੂ ਪਕਸ਼ਣ ਟੈਂਪਲ ਹੈ ਉਹ ਵੀ ਇੱਥੇ ਦੇਖਣ ਨੂੰ ਮਿਲਦਾ ਹੈ ਕਰਨਾਟਕਾ ਦੇ ਵਿੱਚ ਇਸ ਗੇ ਇੰਪੋਰਟੈਂਟ ਟੈਂਪਲ ਜੋ ਕਰਨਾਟਕਾ ਦੇ ਵਿੱਚ ਦੇਖਣ ਨੂੰ ਮਿਲਦੇ ਆ ਤੇ ਜੋ ਇੱਥੇ ਰੀਸੈਂਟ ਨਿਊਜ਼ ਦੇ ਵਿੱਚ ਸੀ ਚੀਜ਼ਾਂ ਉਹ ਵੀ ਆਪਾਂ ਦੇਖ ਲੈਨੇ ਆ ਇਨੋਵੇਸ਼ਨ ਇੰਡੈਕਸ ਹੈ ਤੁਹਾਨੂੰ ਪਤਾ ਹੋਣੀ 2020 ਦਾ ਜਿਹੜਾ ਸੈਕੰਡ ਐਡੀਸ਼ਨ ਹੈ ਠੀਕ ਹੈ ਰਿਲੀਜ਼ ਹੋਇਆ ਨੀਤੀਯੋਗ ਦੁਆਰਾ ਇਹ ਰਿਲੀਜ਼ ਕੀਤਾ ਗਿਆ ਤੇ ਜੋ ਇਸ ਦਾ ਫਰਸਟ ਐਡੀਸ਼ਨ ਸੀਗਾ 2019 ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ ਤੇ ਜਿਹੜਾ ਫਰਸਟ ਰਿਲੀਜ਼ ਕੀਤਾ ਗਿਆ ਸੀ 2019 ਦੇ ਵਿੱਚ ਇਸ ਦੇ ਵਿੱਚ ਵੀ ਟੌਪ ਟੌਪ ਗੈਸ ਨੇ ਕੀਤਾ ਸੀ ਕਰਨਾਟਕਾ ਨੇ ਕੀਤਾ ਸੀ ਤੇ ਜੋ ਸੈਕੰਡ ਐਡੀਸ਼ਨ ਰਿਲੀਜ਼ ਕੀਤਾ ਗਿਆ ਇਸ ਦੇ ਵਿੱਚ ਵੀ ਕਰਨਾਟਕਾ ਹੈ ਜੋ ਟੌਪ ਤੇ ਰਿਹਾ ਸੈਕਿੰਡ ਤੇ ਰਿਹਾ ਮਹਾਰਾਸ਼ਟਰ ਤੇ बॉटम ਤੋਂ نیچے ਕੌਣ ਰਹੇਗਾ ਬਿਹਾਰ ਹੈ ਜੋ ਲਾਸਟ ਤੇ ਰਿਹਾ ਆਪਾਂ ਕੱਲ ਦੇਖਿਆ ਸੀ ਤੇ ਯੂਟੀ ਦੇ ਵਿੱਚ ਦਿੱਲੀ ਦਿੱਲੀ ਪਹਿਲੀ ਤੇ ਰਹਾ ਸੀ ਤੇ ਦੂਜੇ ਨੰਬਰ ਤੇ ਕਿਹੜਾ ਸੀ ਚੰਡੀਗੜ੍ਹ ਸੀ ਤੇ ਆਪਾਂ ਗੱਲ ਕਰੀਏ ਹੇਲੀ ਜੋ ਹਿੱਲੀ ਜਿਹੜੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਹੈ ਜੋ ਇਹ ਟੌਪ ਤੇ ਸੀ ਠੀਕ ਹੈ ਜੀ ਜਿਹੜਾ ਇਹ ਇਨੋਵੇਸ਼ਨ ਇੰਡੈਕਸ ਦੇ ਵਿੱਚ ਵੀ ਇਹ ਟੌਪ ਤੇ ਰਿਹਾ ਹੈ ਹੋਰ ਵੀ ਗੱਲ ਕਰ ਲੈਣੇ ਜੋ ਟੈਸਲਾ ਦਾ ਜੋ ਫਰਸਟ ਆਫਿਸ ਹੈ ਬਣ ਜਾ ਰਿਹਾ ਹੈ ਤੁਹਾਨੂੰ ਪਤਾ ਹੀ ਹੈ ਟੈਸਲਾ ਦੇ ਜੋ ਸੀਓ ਦੇਖਣ ਨੂੰ ਮਿਲਦੇ ਐ ਐਲਨ ਮਸਕ ਇਸ ਦੇ ਸੀਓ ਦੇਖਣ ਨੂੰ ਮਿਲਦੇ ਐ ਠੀਕ ਹੈ ਹਾਈਪਰਲੂਪ ਟੈਕਨੋਲੋਜੀ ਵੀ ਹੈ ਜਿਹੜੀ ਇਸ ਟੈਸਲਾ ਕੰਪਨੀ ਦੀ ਹੀ ਹੈ ਤੇ ਇਹ ਕਿੱਥੋਂ ਦੀ ਕੰਪਨੀ ਹੈ ਇਸ ਦਾ ਜੋ ਹੈੱਡਕੁਆਟਰ ਹੈ ਕੈਲੀਫੋਰਨੀਆ ਯੂ ਐਸ اے ਦੇ ਵਿੱਚ ਹੈ ਜੋ ਇਸ ਦਾ ਹੈੱਡਕੁਆਟਰ ਦੇਖਣ ਨੂੰ ਮਿਲਦਾ ਹੈ ਚਲੋ ਜੀ ਹੁਣ ਆਪਾਂ ਹੋਰ ਦੇਖ ਲੈਨੇ ਆ ਗੱਲਾਂ ਬਾਤਾਂ ਜਿਹੜਾ ਹੈਗਾ ਇਹ ਵੀ ਬੈਂਗਲੌਰ ਦੇ ਵਿੱਚ ਹੈ ਜੋ ਇਸ ਦਾ ਆਫਿਸ ਸੈਟਅਪ ਹੋਣ ਜਾ ਰਿਹਾ ਹੈ ਇਹ ਵੀ ਗੱਲ ਯਾਦ ਰੱਖਿਓ ਫਸਟ ਜਿਹੜਾ ਇਹਦਾ ਆਫਿਸ ਹੈ ਤੇ ਜਿਹੜਾ ਮੇਰੀ ਸਹੇਲੀ ਠੀਕ ਹੈ ਇਨੀਸ਼ੀਏਟਿਵ ਸਟਾਰਟ ਕੀਤਾ ਗਿਆ ਸੀ ਹੁਬਲੀ ਡਿਵੀਜ਼ਨ ਤੋਂ ਆ ਜੋ ਇਹ ਸਟਾਰਟ ਕੀਤਾ ਗਿਆ ਸੀ ਜੋ ਮਹਿਲਾ ਅਲੋਨ ਜਿਹੜਾ ਹੈਗਾ ਸਫਰ ਕਰਦੀਆਂ ਜਿਵੇਂ ਟ੍ਰੇਨ ਦੇ ਵਿੱਚ ਉਹਨਾਂ ਦੇ ਲਈ ਹੈ ਇਹ ਕੀਤਾ ਗਿਆ ਸੀ ਵੀ ਉਹਨਾਂ ਨੂੰ ਵਾਰ-ਵਾਰ ਪੁੱਛਿਆ ਜਾਊਗਾ ਵੀ ਕੋਈ ਦੁੱਖ ਤਕਲੀਫਤ ਨਹੀਂ ਇਦਾਂ ਦਾ ਜਿਹੜਾ ਹੈਗਾ ਮੇਰੀ ਸਹੇਲੀ ਇਨੀਸ਼ੀਏਟਿਵ ਹੈ ਜਿਹੜਾ ਹੈਗਾ ਇਹ ਵੀ ਇੱਥੇ ਹੀ ਸਟਾਰਟ ਕੀਤਾ ਗਿਆ ਸੀ ਕਰਨਾਟਕਾ ਦੇ ਹੁਬਲੀ ਡਿਵੀਜ਼ਨ ਤੋਂ ਆ ਜੋ ਸਟਾਰਟ ਕੀਤਾ ਗਿਆ ਸੀ ਤੇ ਜੋ ਇਹ ਹੁਬਲੀ ਰੇਲਵੇ ਜਿਹੜਾ ਹੈਗਾ ਪਲੇਟਫਾਰਮ ਹੈ ਇਹ ਜਿਹੜਾ ਹੈਗਾ ਸਭ ਤੋਂ ਜਿਹੜਾ ਹੈਗਾ ਲਾਰਜੈਸਟ ਠੀਕ ਹੈ ਜੀ ਲਾਰਜੈਸਟ ਪਲੇਟਫਾਰਮ ਹੈ ਰੇਲਵੇ ਜਿਹੜਾ ਹੈਗਾ ਪਲੇਟਫਾਰਮ ਆ ਆਪਣੇ ਇੰਡੀਆ ਦਾ ਯਾਦ ਰੱਖਿਓ ਹੋ ਸਕਦਾ ਹੈ ਕਈ ਵਾਰੀ ਇਹਨਾਂ 'ਚ ਕੋਈ ਕੁਐਸਚਨ ਬਣ ਜੇ ਤਾਂ ਤੁਸੀਂ ਇਹਨਾਂ 'ਚ ਛੱਡਣਾ ਨਹੀਂ ਤੁਹਾਨੂੰ ਆਉਂਦਾ ਹੋਵੇ ਜਿਹੜੀਆਂ ਗੱਲਾਂ ਮੈਂ ਫੇਰ ਦਾ ਕਹਿਣਾ ਵੀ ਜਿਹੜੀਆਂ ਦੱਸ ਰਿਹਾ ਹੋਂਨਾ ਇਸ ਨੂੰ ਜਿਹੜਾ ਹੈਗਾ ਆਪਦਾ ਨੋਟ ਡਾਊਨ ਕਰਦੇ ਜਾਇਆ ਕਰੋ ਤੇ ਜਿਹੜਾ ਕਰਨਾਟਕਾ ਦਾ ਓਲਡੇਸਟ ਨੇਮ ਸੀ ਠੀਕ ਹੈ ਇਹਨੂੰ ਪਹਿਲਾਂ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਇਸ ਨੂੰ ਮੈਸੂਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਠੀਕ ਹੈ ਤੇ ਇਥੋਂ ਇੱਕ ਤੁਹਾਨੂੰ ਹੋਰ ਜਗ੍ਹਾ ਯਾਦ ਆਉਣੀ ਚਾਹੀਦੀ ਹੈ ਜੋ ਟਾਈਗਰ ਆਫ ਤੁਸੀਂ ਹਿਸਟਰੀ ਪੜ੍ਹੀ ਹੋਗੀ ਤਾਂ ਤੁਹਾਨੂੰ ਪਤਾ ਹੋਊਗਾ ਟਾਈਗਰ ਆਫ ਮੈਸੂਰ ਕਿਹਨੂੰ ਕਿਹਾ ਜਾਂਦਾ ਸੀ ਤਾਂ ਉਹ ਕੌਣ ਸੀ ਟਿੱਪੂ ਸੁਲਤਾਨ ਠੀਕ ਹੈ ਜੀ ਟੀਪੂ ਸੁਲਤਾਨ ਨੂੰ ਕਿਹਾ ਜਾਂਦਾ ਸੀ ਜਿੰਨਾਂ ਦੇ ਪਿਤਾ ਦਾ ਨਾਮ ਕੀ ਸੀ ਹੈਦਰ ਅਲੀ ਠੀਕ ਹੈ ਜੀ ਟੀਪੂ ਸੁਲਤਾਨ ਨੂੰ ਕਿਹਾ ਜਾਂਦਾ ਸੀ ਵੈਸੇ ਟੀਪੂ ਸੁਲਤਾਨ ਬਾਊਟ ਮੈਂ ਗੱਲ ਕਰਾਂ ਤਾਂ ਬਹੁਤ ਹੀ ਇਨੋਵੇਟਿਵ ਬੰਦਾ ਸੀ ਆਪਦੇ ਜ਼ਮਾਨੇ ਦਾ ਆਪਾਂ ਕਹਿ ਦਈਏ ਬਹੁਤ ਪੜ੍ਹਿਆ ਲਿਖਿਆ ਸੀ ਵੈਸੇ ਹੈਦਰ ਅਲੀ ਤਾਂ ਇੰਨਾ ਪੜ੍ਹਿਆ ਲਿਖਿਆ ਨਹੀਂ ਸੀ ਪਰ ਟੀਪੂ ਸੁਲਤਾਨ ਜਿਹੜਾ ਹੈਗਾ ਉਸ ਨੂੰ ਕਾਫੀ ਜਿਹੜਾ ਹੈਗਾ ਉਸਤੇ ਪਿਤਾ ਨੇ ਪੜ੍ਹਾਇਆ ਲਿਖਾਇਆ ਸੀਗਾ ਤੇ ਇੱਕ ਸਾ ਉਹ ਉਸ ਟਾਈਮ ਦਾ ਕਹਿ ਦਈਏ ਸਾਇੰਟਿਸਟ ਟਾਈਪ ਦਾ ਵੀ ਆਪਾਂ ਬੰਦਾ ਕਹਿ ਸਕਦੇ ਹਾਂ ਵਿਗਿਆਨਿਕ ਕਹਿ ਸਕਦੇ ਹਾਂ ਆਪਦੇ ਜ਼ਮਾਨੇ ਦਾ ਇਸ ਨੇ ਕੀ ਤਿਆਰ ਕਰਾਇਆ ਸੀਗਾ ਕਿਉਂਕਿ ਉਸ ਟਾਈਮ ਜਿਹੜੀ ਹੈਗੀ ਅੰਗਰੇਜ਼ਾਂ ਨਾਲ ਵਾਰ ਚੱਲਦੀ ਸੀ ਥੋੜੀ ਜਿਹੀ ਆਪਾਂ ਸਟੋਰੀ ਦੇਖ ਲੈਣੇ ਆ ਠੀਕ ਹੈ ਤੇ ਇਸ ਨੇ ਇੱਕ ਮਸ਼ੀਨ ਤਿਆਰ ਕੀਤੀ ਸੀ ਇੱਕ ਟਾਈਗਰ ਬਣਾਇਆ ਸੀਗਾ ਠੀਕ ਹੈ ਤੇ نیچے ਇੱਕ ਅੰਗਰੇਜ਼ ਲਟਾ ਕੇ ਉਸ ਦੇ ਉੱਤੇ ਜਿਹੜਾ ਹੈਗਾ ਟਾਈਗਰ ਬਣਾਇਆ ਹੋਇਆ ਸੀ ਤੁਸੀਂ Google ਤੇ ਜਾ ਕੇ ਫੋਟੋ ਕੱਟ ਕੇ ਦੇਖ ਲਿਓ ਜਦੋਂ ਉਸ ਨੂੰ ਕਮਾਉਂਦੇ ਸੀ ਨਾ ਤਾਂ ਜਿਹੜਾ ਇੱਥੇ ਅੰਗਰੇਜ਼ ਪਿਆ ਸੀ ਉਸ ਦੇ ਹੱਥ ਪੈਰ ਵੀ ਹਿਲਦੇ ਸੀ ਤੇ ਸ਼ੇਰ ਜਿਹੜਾ ਹੈਗਾ ਮੂੰਹ ਜਿਹੜਾ ਹੈਗਾ ਉਹ ਸਿੱਧ ਕਰਦਨ ਤੇ ਰੱਖਿਆ ਹੋਇਆ ਤੇ ਇਦਾਂ ਜਦੋਂ ਉਹ ਹਿਲਦਾ ਸੀਗਾ ਮਤਲਬ ਜਿਹੜਾ ਇਹ ਤੜ ਤੜਫਣ ਲੱਗ ਜਾਂਦਾ ਸੀ ਜਿਹੜਾ نیچے ਜਿਹੜਾ ਬਣਾਇਆ ਸੀਗਾ ਇਸ ਤਰ੍ਹਾਂ ਦਾ ਇੱਕ ਇਹ ਮਸ਼ੀਨ ਮਤਲਬ ਇਹ ਇੱਕ ਸਾਭ ਦੇ ਪੁਤਲੇ ਹੀ ਬਣਾਏ ਗਏ ਸੀ ਮਤਲਬ ਇੱਥੇ ਕੀ ਬਣਾਇਆ ਗਿਆ ਸੀ ਅੰਗਰੇਜ਼ ਦਾ ਜਿਹੜਾ ਪੁਤਲਾ ਬਣਾਇਆ ਗਿਆ ਸੀ ਉੱਪਰ ਜਿਹੜਾ ਹੈਗਾ ਟਾਈਗਰ ਦਾ ਬਣਾਇਆ ਗਿਆ ਸੀ ਪਰ ਥੋੜੀ ਜਿਹੀ ਜਿਹੜੀ ਹੈਗੀ ਜਦੋਂ ਉਸ ਨੂੰ ਘਮਾਉਂਦੇ ਸੀ ਨਾ ਮਸ਼ੀਨ ਨੂੰ ਤਾਂ ਇਸ ਦੇ ਵਿੱਚ ਜਿਹੜੀ ਹਲਚਲ ਹੋਣੀ ਸਟਾਰਟ ਹੋ ਜਾਂਦੀ ਸੀ ਯਾਨੀ ਕਿ ਜਿਹੜਾ ਇਹ ਅੰਗਰੇਜ਼ ਜਿਹੜਾ ਪੁਤਲਾ ਬਣਾਇਆ ਹੋਇਆ ਸੀ ਇਸ ਦੇ ਵਿੱਚ ਹਲਚਲ ਹੋਣੀ ਸਟਾਰਟ ਹੋ ਜਾਂਦੀ ਸੀ ਤੇ ਇਹ ਹੁਣ ਪ੍ਰੈਜ਼ੈਂਟ ਦੇ ਟਾਈਮ ਦੇ ਵਿੱਚ ਵੀ ਹੈ ਜੋ ਵਿਕਟੋਰੀਆ ਐਂਡ ਐਲਬਰਟ ਜੋ ਮਿਊਜ਼ੀਅਮ ਹੈ ਉੱਥੇ ਇਹ ਰੱਖਿਆ ਹੋਇਆਗਾ ਠੀਕ ਹੈ ਜੀ ਤੇ ਤੁਸੀਂ ਤਸਵੀਰ ਇਸ ਦੀ ਜਰੂਰ ਕੱਢ ਕੇ ਦੇਖਿਓ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਊਗਾ ਗੂਗਲ ਤੇ ਸਰਚ ਮਾਰਿਓ ਜਿਹੜੀ ਟਿੱਪੂ ਸੁਲਤਾਨ ਦੀ ਜੋ ਮਸ਼ੀਨ ਬਣਾਈ ਗਈ ਸੀ ਤਾਂ ਤੁਹਾਡੇ ਕੋਲ ਆਜੂਗੀ ਟਾਈਗਰ ਬਣਿਆ ਹੋਊਗਾ نیچے ਜਿਹੜਾ ਹੈਗਾ ਅੰਗਰੇਜ਼ ਲੰਮਾ ਪਿਆ ਹੋਊਗਾ ਇਦਾਂ ਦੀ ਜਿਹੜੀ ਹੈਗੀ ਹੈ ਤੁਹਾਡੇ ਕੋਲ ਸਾਹਮਣੇ ਆਜੂਗੀ ਚਲੋ ਜੀ ਆਪਾਂ ਵਾਪਸ ਆਉਣੇ ਆ ਜੋ ਟਾਈਗਰ ਆਫ ਮੈਸੂਰਾ ਤਾਂ ਇਹ ਕਿਸ ਨੂੰ ਕਿਹਾ ਜਾਂਦਾ ਟਿੱਪੂ ਸੁਲਤਾਨ ਨੂੰ ਕਿਹਾ ਜਾਂਦਾ ਠੀਕ ਜੀ ਚਲੋ ਜੀ ਹੁਣ ਆਪਾਂ ਨੈਕਸਟ ਨਿਊਜ਼ ਤੇ ਚੱਲਦੇ ਆਂ ਕਾਫੀ ਲੰਮਾ ਲੈ ਗਿਆ ਆਪਾਂ ਕੰਮ ਥੋੜਾ ਜਿਹਾ ਕੋਈ ਗੱਲ ਨਹੀਂ ਮੈਂ ਥੋੜਾ ਜਿਹਾ ਕੱਟ ਕਰਨ ਦੀ ਟਰਾਈ ਕਰੂੰਗਾ ਜਿਹੜਾ ਇਹ 5 ਡੇ ਐ 5 ਡੇ ਦੀ ਇੱਕ ਐਕਸਰਸਾਈਜ਼ ਹੋ ਰਹੀ ਆ ਕੀ ਦੇ ਵਿਚਾਲੇ ਜਿਹੜੀ ਹੈਗੀ ਆ ਪਹਿਲਾਂ ਤਾਂ ਇੱਕ ਐਕਸਰਸਾਈਜ਼ ਦਾ ਨਾਮ ਦੇਖ ਲੈਣੇ ਐ ਐਕਸ ਡੇਜ਼ਰਟ ਨਾਈਟ ਐ 21 ਹੈ ਇਸ ਐਕਸਰਸਾਈਜ਼ ਦਾ ਨਾਮ ਹੈ ਇਹਦੇ ਕਿਤੇ ਵਿਚਾਲੇ ਹੋ ਰਹੀ ਹੈ ਇੰਡੀਆ ਤੇ ਫ੍ਰੈਂਚ ਜਿਹੜੀ ਫ੍ਰੈਂਚ ਦੀ ਜਿਹੜੀ ਹੈਗੀ ਆ 에어 ਐਕਸਰਸਾਈਜ਼ ਹੈ ਇਹ ਇੱਕ ਸਾਬ ਦੀ 에어 ਫੋਰਸ ਹੈ ਉਸ ਦੇ ਵਿਚਾਲੇ ਹੋ ਰਹੀ ਹੈ ਆਪਣੀ ਇੰਡੀਆ ਤੇ ਜਿਹੜੀ ਹੈਗੀ ਆ ਫ੍ਰਾਂਸ ਹੈ ਉਸ ਦੀ 에어 ਐਕਸਰਸਾਈਜ਼ ਹੈ ਇਹ ਠੀਕ ਹੈ ਜੀ ਕਿੱਥੇ ਹੋ ਰਹੀ ਹੈ ਜੋਧਪੁਰ ਦੇ ਵਿੱਚ ਹੋ ਰਹੀ ਹੈ 20 ਜਨਵਰੀ ਤੋਂ ਇਹ ਸਟਾਰਟ ਹੋਈ ਸੀ 5 ਦਿਨਾਂ ਦੀ ਹੈ ਇਹਦਾ ਮਤਲਬ ਕਦੋਂ ਤੱਕ ਚੱਲੂਗੀ 25 ਜਨਵਰੀ ਤੱਕ ਇਹ ਚੱਲਣ ਵਾਲੀ ਆ ਤੇ ਇਸ ਦੇ ਵਿੱਚ ਜਿਹੜੇ ਹੈਗੇ ਆ ਜਿਹੜਾ ਇਕ ਸਾਫ ਦਾ ਜਿਹੜੇ ਪਾਰਟਿਸਪੇਟ ਕਰਨਗੇ ਠੀਕ ਹੈ ਜੀ ਜਿਹੜੇ 에ਅਰਕ੍ਰਾਫਟ ਰਫੇਲ 에ਅਰਕ੍ਰਾਫਟ ਵੀ ਜਿਹੜਾ ਹੈਗਾ ਫਰਾਂਸ ਵੱਲੋਂ ਹੈ ਜੋ ਫਰਾਂਸ ਵੱਲੋਂ ਇਹ ਪਾਰਟਿਸਪੇਟ ਕਰੂਗਾ ਤੇ ਇਹ ਬਾਕੀ ਵੀ ਜਿਹੜੇ ਹੈਗੇ ਕਰਨਗੇ ਤੇ ਇੰਡੀਆ ਵੱਲੋਂ ਵੀ ਜਿਹੜਾ ਹੈਗਾ ਰਫੇਲ 에ਅਰਕ੍ਰਾਫਟ ਹੈ ਇਹ ਪਾਰਟਿਸਪੇਟ ਕਰੂਗਾ ਰਫੇਲ ਦਾ ਨਾਮ ਆਇਆ ਤਾਂ ਰਫੇਲ ਅਬਾਊਟ ਵੀ ਆਪਾਂ ਕੁਝ ਗੱਲਾਂ ਜਿਹੜੀਆਂ ਹੈਗੀਆਂ ਸਾਂਝੀਆਂ ਕਰ ਲੈਨੇ ਆ ਰਫੇਲ ਜੋ ਇਹਨੂੰ ਜੋ ਬਣਾਇਆ ਗਿਆ ਤੁਹਾਨੂੰ ਪਤਾ ਹੈ ਫਰਾਂਸ ਮੇਡ ਹੈ ਠੀਕ ਹੈ ਡਸਾਲਟ ਨਾਮ ਹੈ ਜੋ ਡਸਲਟ ਐਵੀਏਸ਼ਨ ਹੈ ਇਸ ਦੇ ਦੁਆਰਾ ਜਿਹੜਾ ਹੈਗਾ ਇਸ ਨੂੰ ਡਵੈਲਪ ਤੇ ਡਿਜ਼ਾਈਨ ਕੀਤਾ ਗਿਆਗਾ ਯਾਦ ਰੱਖਿਓ ਫਰਾਂਸ ਫਰਾਂਸ ਦਿਆ ਹੈ ਜਿਸ ਦੇ ਦੁਆਰਾ ਇਸ ਨੂੰ ਡਿਜ਼ਾਈਨ ਤੇ ਜਿਹੜਾ ਹੈਗਾ ਡਵੈਲਪ ਕੀਤਾ ਗਿਆ ਤੇ ਫਰਸਟ ਫੀਮੇਲ ਕੌਣ ਬਣੀ ਸੀ ਇਸ ਨੂੰ ਉਡਾਉਣ ਵਾਲੀ ਪਾਇਲਟ ਕੌਣ ਬਣੀ ਸੀ ਰਫੇਲ ਨੂੰ ਤਾਂ ਉਹ ਕੌਣ ਬਣੀ ਸੀ ਸ਼ਿਵਾਂਗੀ ਠੀਕ ਹੈ ਜੀ ਨਾਮ ਯਾਦ ਰੱਖਿਓ ਸ਼ਿਵਾਂਗੀ ਸਿੰਘ ਸੀ ਜਿਸ ਨੇ ਫਰਸਟ ਫੀਮੇਲ ਬਣੀ ਹੈ ਇੰਡੀਆ ਦੀ ਜਿਸ ਨੇ ਇਸ ਨੂੰ ਉਡਾਇਆ ਸੀਗਾ ਰਫੇਲ 에ਅਰਕ੍ਰਾਫਟ ਨੂੰ ਠੀਕ ਹੈ ਜੀ ਤੇ ਇਹ ਸੀਗੀਆਂ ਕੁਝ ਇੰਪੋਰਟੈਂਟ ਗੱਲਾਂ ਰਫੇਲ ਐਰਕ੍ਰਾਫਟ ਨਾਲ ਇਹ ਵੀ ਯਾਦ ਰੱਖਿਓ ਤੇ ਜਿਹੜੀ ਐਕਸ ਡੇਜ਼ਰਟ ਨਾਈਟ 21 ਹੈ ਇਹ ਐਕਸਰਸਾਈਜ਼ ਫ੍ਰਾਂਸ ਤੇ ਇੰਡੀਆ ਦੇ ਵਿਚਾਲੇ ਹੋ ਰਹੀ ਹੈ ਤੇ ਤੁਹਾਨੂੰ ਪਤਾ ਹੈ ਜਿਹੜੇ ਇਹ ਰਫੇਲ ਐਰਕ੍ਰਾਫਟ ਸੀ ਆਪਾਂ ਫ੍ਰਾਂਸ ਤੋਂ ਲਈ ਸੀਗੇ ਫ੍ਰਾਂਸ 'ਚ ਬਣੇ ਹੋਇਆ ਤੇ ਅੰਬਾਲਾ ਵਿਖੇ ਇੱਕ ਜੋ ਈਵੈਂਟ ਹੋਇਆ ਸੀ ਉਸ ਈਵੈਂਟ ਦੇ ਦੌਰਾਨ ਜੋ ਫਾਰਮਲੀ ਇਸ ਨੂੰ ਕਾਦੇ ਵਿੱਚ ਆਪਣੀ ਇੰਡੀਅਨ 에ਅਰ ਫੋਰਸ ਦੇ ਵਿੱਚ ਹੈ ਜੋ ਸ਼ਾਮਲ ਕਰੇ ਗਏ ਸੀਗੇ ਉਸ ਉਸ ਟਾਈਮ ਜੋ ਹੈ ਇਹਨਾਂ ਦੇ ਫ੍ਰਾਂਸ ਦੀ ਹੈ ਜੋ ਫਲੋਰੈਂਸ ਬਾਰ ਲਈ ਜੀ ਹੈ ਉਸ ਤੇ ਕੀ ਆਈ ਸੀ ਚੀਫ ਗੈਸਟ ਵੀ ਆਈ ਸੀ ਇਹ ਵੀ ਤੁਹਾਨੂੰ ਗੱਲ ਯਾਦ ਹੋਣੀ ਚਾਹੀਦੀ ਹੈ ਚਲੋ ਜੀ ਹੁਣ ਆਪਾਂ ਨੈਕਸਟ న్యూਸ ਤੇ ਚੱਲਦੇ ਆਂ ਇਹ ਆਪਾਂ ਦੇਖਿਆ ਰਫੇਲ 에ਅਰਕ੍ਰਾਫਟ ਬਾਊਟ ਵੈਸੇ ਆਪਾਂ ਉੱਥੇ ਹੋਰ ਵੀ ਜਿਹੜੀਆਂ ਹੈਗੀਆਂ ਐਕਸਰਸਾਈਜ਼ ਡਿਸਕਸ ਕਰ ਸਕਦੇ ਸੀ ਜਿਵੇਂ ਪਾਸ ਐਕਸ ਕੀਦੇ ਕੇ ਦੇ ਨਾਲ ਹੋਈ ਆ ਮਾਲਾਵਾਰ ਐਕਸਰਸਾਈਜ਼ ਤੇ ਹੋਰ ਵੀ ਜਿਹੜੀਆਂ ਐਕਸਰਸਾਈਜ਼ ਹੋਈਆਂ ਸੀ ਜਿਮੈਕਸ ਜਿਵੇਂ ਜਾਪਾਨ ਨਾਲ ਹੋਈ ਸੀ ਇਦਾਂ ਦੀਆਂ ਜਿਹੜੀਆਂ ਹੈਗੀਆਂ ਡਿਸਕਸ ਕਰ ਚੁੱਕੇ ਆ ਪਹਿਲਾਂ ਵੀ ਬਹੁਤ ਵਾਰ ਤਾਂ ਕਰਕੇ ਮੈਂ ਅੱਜ ਜਿਹੜੀਆਂ ਹੈਗੀਆਂ ਡਿਸਕਸ ਨਹੀਂ ਕਰੀਆਂ ਚਲੋ ਜੀ ਇਹ ਨਿਊਜ਼ ਦੇਖ ਲੈਣੇ ਆ ਜਿਹੜਾ ਹੈਗਾ ਫਰਸਟ ਖੇਲੋ ਇੰਡੀਆ ਜੰਸਕਰ ਵਿంటర్ ਸਪੋਰਟਸ ਫੈਸਟੀਵਲ ਹੈ ਇਹ ਲਦਾਖ ਦੇ ਵਿੱਚ ਹੈ ਜੋ ਸਟਾਰਟ ਹੋਣ ਜਾ ਰਿਹਾ ਹੈ ਠੀਕ ਹੈ ਜੀ ਇਸ ਨੂੰ ਕਿਹਨੇ ਲਾਂਚ ਕੀਤਾ ਆਪਣੇ ਜੋ ਤੇਸ਼ ਤੇ ਯੂਨੀਅਨ ਸਪੋਰਟਸ ਐਂਡ ਯੂਥ ਅਫੇਅਰ ਮਿਨਿਸਟਰ ਨੇ ਕਿਰਨ ਰੀਜੂ ਜੀ ਇਹਨਾਂ ਨੇ ਇਸ ਨੂੰ ਲਦਾਖ ਦੇ ਵਿੱਚ ਜੋ ਲਾਂਚ ਕਰਿਆ ਠੀਕ ਹੈ ਜੀ ਇਸ ਦੇ ਵਿੱਚ ਜੋ ਬਰਫ਼ ਤੇ ਖੇਡੀਆਂ ਜਾਣ ਵਾਲੀਆਂ ਜੋ ਗੇਮਜ਼ ਹੁੰਦੀਆਂ ਆ ਉਹ ਇਸ ਦੇ ਵਿੱਚ ਖੇਡੀਆਂ ਜਾਣਗੀਆਂ ਯਾਦ ਰੱਖਿਓ ਵੀ ਇਹ ਕਿਹੜਾ ਹੈਗਾ ਇਹ ਹੈਗਾ ਜੰਸਕਰ ਠੀਕ ਹੈ ਜੰਸਕਰ ਵਿੰਟਰ ਇੱਕ ਰੀਸੈਂਟਲੀ ਹੋਇਆ ਸੀ ਸੈਕੰਡ ਖੇਲੋ ਇੰਡੀਆ ਵਿੰਟਰ ਗੇਮਜ਼ ਹੈ ਇਸ ਦਾ ਵੀ ਜੋ ਹੋਇਆ ਸੀਗਾ ਠੀਕ ਹੈ ਇਹ ਵੀ ਹੋਇਆ ਸੀਗਾ ਇਹ ਕਿੱਥੇ ਹੋਇਆ ਸੀ ਇਹ ਹੋਇਆ ਸੀਗਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਠੀਕ ਹੈ ਜੀ ਇਹ ਜੰਮੂ ਐਂਡ ਕਸ਼ਮੀਰ ਦੇ ਵਿੱਚ ਹੋਇਆ ਸੀ ਜੋ ਸੈਕੰਡ ਖੇਲੋ ਇੰਡੀਆ ਵਿంటర్ ਗੇਮਸ ਹੋਈਆਂ ਸੀ ਤੇ ਜੇ ਪੁੱਛ ਲਿਆ ਜਾਵੇ 3rd ਖੇਲੋ ਇੰਡੀਆ ਗੇਮਸ ਕਿੱਥੇ ਹੋਈਆਂ ਸੀ ਤਾਂ ਉਹ ਹੋਈਆਂ ਸੀ ਅਸਾਮ ਦੇ ਵਿੱਚ ਤੇ ਜੋ ਉਸ ਦਾ 4th ਐਡੀਸ਼ਨ ਆ ਖੇਲੋ ਇੰਡੀਆ ਗੇਮਸ ਦੀ ਗੱਲ ਕਰ ਰਹੇ ਆ ਤਾਂ ਉਸ ਦਾ ਉਸ ਨੂੰ ਕੌਣ ਹੋਸਟ ਕਰਾਊਗਾ ਹਰਿਆਣਾ ਤੇ ਇਸ ਦੇ ਵਿੱਚ ਪੰਜ ਨਵੀਆਂ ਗੇਮਸ ਵੀ ਐਡ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਜਿਹੜਾ ਕਿਹਾ ਜਾ ਰਿਹਾ ਸੀ ਵੀ ਗੱਤਕਾ ਵੀ ਇਸ ਦੇ ਵਿੱਚ ਐਡ ਕਰਿਆ ਗਿਆ ਤੇ ਬਾਕੀ ਵੀ ਹੋਰ ਕਾਫੀ ਜੜੀਆਂਗੇ ਬਾਕੀ ਚਾਰ ਸਟੇਟ ਸਟੇਟ ਵੀ ਸਿਗੀਆਂ ਜਿਹਨਾਂ ਤੋਂ ਆਪਾਂ ਗਾ ਸੀਗਾ ਜੇ ਤੁਹਾਨੂੰ ਯਾਦ ਆਉਂਦੀਆਂ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖ ਦਿਓ ਤੇ ਇਹ ਇਸ ਦਾ ਜਿਹੜਾ ਸੈਕੰਡ ਐਡੀਸ਼ਨ ਹੈ ਇਹ ਜੰਮੂ ਐਂਡ ਕਸ਼ਮੀਰ ਗੋਲਮਾਰਗ ਦੇ ਵਿੱਚ ਹੋਇਆ ਸੀਗਾ ਤੇ ਫਰਸਟ ਐਡੀਸ਼ਨ ਵੀ ਇਸ ਦਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਹੋਇਆ ਸੀ ਤੇ ਇਹ ਫਰਸਟ ਜਿਹੜੀਆਂ ਹੈਗੀਆਂ ਫਰਸਟ ਇਸ ਟਾਈਪ ਦੀਆਂ ਜੰਸਕਰ ਇਮਪੋਰਟ ਹੈ ਜੋ ਲਦਾਖ ਦੇ ਵਿੱਚ ਹੋਣ ਜਾ ਰਹੀਆਂ ਤਾਂ ਹੁਣ ਲਦਾਖ ਦਾ ਨਾਮ ਆਇਆ ਤਾਂ ਲਦਾਖ ਅਬਾਊਟ ਵੀ ਆਪਾਂ ਕੁਝ ਗੱਲਾਂ ਸਾਂਝੀਆਂ ਕਰ ਲੈਣੇ ਆ ਜੋ ਲਦਾਖ ਦੇ ਲੈਫਟੀਨੈਂਟ ਗਵਰਨਰ ਨੇ ਇਹ ਕੌਣ ਦੇਖਣ ਨੂੰ ਮਿਲਦੇ ਆ ਇਹ ਦੇਖਣ ਨੂੰ ਮਿਲਦੇ ਆ ਠੀਕ ਹੈ ਜੀ ਆਰ ਕੇ ਮਾਥੁਰ ਹੈ ਜੋ ਇੱਥੋਂ ਦੇ ਲੈਫਟੀਨੈਂਟ ਗਵਰਨਰ ਦੇਖਣ ਨੂੰ ਮਿਲਦੇ ਆ ਆਰ ਕੇ ਆਰ ਕੇ ਮੀਨਸ ਰਾਧਾਕ੍ਰਿਸ਼ਨ ਠੀਕ ਹੈ ਮਾਥੁਰ ਹੈ ਜੋ ਇੱਥੋਂ ਦੇ ਲੈਫਟੀਨੈਂਟ ਗਵਰਨਰ ਦੇਖਣ ਨੂੰ ਮਿਲਦੇ ਆ ਤੇ ਜਮੂ ਅਤੇ ਕਸ਼ਮੀਰ ਦੇ ਜੋ ਲੈਫਟੀਨੈਂਟ ਗਵਰਨਰ ਨੇ ਉਕੋਂ ਦੇਖਣ ਨੂੰ ਮਿਲਦੇ ਆ ਮਨੋਜ ਸੇਨਾ ਦੇਖਣ ਨੂੰ ਮਿਲਦੇ ਆ ਤੇ ਲਦਾਖ ਦੀ ਰੀਸੈਂਟ ਇੱਕ ਨਿਊਜ਼ ਦੇ ਵਿੱਚ ਸੀ ਗੱਲ ਕੀ ਸੀਗੀ ਪਹਿਲਾਂ ਤਾਂ ਆਪਾਂ ਇੱਥੋਂ ਦੀ ਕੈਪੀਟਲ ਦੇਖ ਲੈਣਾ ਫੇਰ ਉਸ ਬਾਊਟ ਕਰ ਕਰਦੇ ਹਾਂ ਜੋ ਇੱਥੋਂ ਦੀ ਕੈਪੀਟਲ ਹੈ ਲੇਹ ਤੇ ਲਦਾਖ ਹੈ ਲੇਹ ਤੇ ਕਾਰਗੇਲ ਹੈ ਦੋ ਇੱਥੋਂ ਦੀਆਂ ਕੀ ਦੇਖਣ ਨੂੰ ਮਿਲਦੀਆਂ ਇਸ ਦੀਆਂ ਕੈਪੀਟਲ ਦੇਖਣ ਨੂੰ ਮਿਲਦੀਆਂ ਤੁਹਾਨੂੰ ਪਤਾ ਨਾ ਹੁਣ ਆਪਣੇ ਪ੍ਰੈਜ਼ੈਂਟ ਦੇ ਵਿੱਚ 8 ਯੂਟੀ ਹੈ ਠੀਕ ਹੈ 8 ਯੂਟੀ ਦੇ ਵਿੱਚੋਂ ਇਹ ਵੀ ਦੋ ਯੂਟੀ ਨੇ ਜੰਮੂ ਐਂਡ ਕਸ਼ਮੀਰ ਤੇ ਲਦਾਖ ਲਦਾਖ ਦੀ ਗੱਲ ਕਰ ਰਹੇ ਸੀ ਕੈਪੀਟਲ ਆਪਾਂ ਦੇਖ ਲਈਏ ਤੇ ਇੱਥੇ ਰੀਸੈਂਟਲੀ ਜੋ ਤਸੋ ਕਾਰ ਵੈਟਲੈਂਡ ਹੈ ਇਸ ਨੂੰ ਰਾਮਸਾਈਡ ਜੋ ਰਾਮਸਰ ਸਾਈਟ ਹੈ ਠੀਕ ਹੈ ਉਸ ਦੇ ਵਿੱਚ ਆ ਜੋ ਇਨਕਲੂਡ ਕਰੇਗਾ ਸੀ ਰਾਮਸਰ ਸਾਈਟ ਆ ਤੁਹਾਨੂੰ ਪਤਾ ਹੈ ਜੋ ਰਾਮਸਰ ਕਨਵੈਨਸ਼ਨ ਹੈ ਈਰਾਨ ਦੇ ਵਿੱਚ ਰਾਮਸਰ ਦੀ ਜਗ੍ਹਾ ਤੇ ਹੋਇਆ ਸੀ ਤਾਂ ਕਰਕੇ ਇਸ ਦਾ ਨਾਮ ਰਾਮਸਰ ਪੈ ਗਿਆ ਸੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਰਾਮਸਰ ਸਾਈਟ ਹੁੰਦੀਆਂ ਕੀ ਆ ਕੀ ਇਹਨਾਂ ਦਾ ਕੰਮ ਹੁੰਦਾ ਠੀਕ ਹੈ ਜੀ ਜੋ ਇਹ ਰਾਮਸਰ ਕਨਵੈਨਸ਼ਨ ਸੀਗਾ 971 ਦੇ ਵਿੱਚ ਜੋ ਸਾਈਨ ਹੋਇਆ ਸੀ 975 ਦੇ ਵਿੱਚ ਹੈ ਇਹ ਵਰਕਿੰਗ ਦੇ ਵਿੱਚ ਆ ਗਿਆ ਸੀਗਾ ਠੀਕ ਹੈ ਜੀ ਇਫੈਕਟ ਦੇ ਵਿੱਚ 975 ਤੋਂ ਆਇਆ ਸੀਗਾ ਤੇ ਇਸ ਦੇ ਵਿੱਚ ਹੈ ਜੋ ਇਸ ਨੂੰ ਤੈਸੂਕਾਰ ਹੈ ਜੋ ਇਸ ਦਾ ਵੈਟਲੈਂਡ ਹੈ ਲਦਾਖ ਦਾ ਇਸ ਨੂੰ ਕੀਤਾ ਗਿਆ ਸੀ ਸ਼ਾਮਿਲ ਠੀਕ ਹੈ ਰਾਮਸਰ ਸਾਈਟ ਦੇ ਵਿੱਚ ਹੈ ਯਾਦ ਰੱਖਿਓ ਚਲੋ ਜੀ ਹੁਣ ਆਪਾਂ ਜੋ ਹੈ ਨੈਕਸਟ ਨਿਊਜ਼ ਤੇ ਚੱਲਦੇ ਹਾਂ ਇਹ ਤੁਸੀਂ ਦੇਖ ਰਹੇ ਹੋ ਇੱਕ ਹੀ ਦੇਖਣ ਨੂੰ ਮਿਲ ਰਹੀ ਹੈ ਸਟਰਾਬਰੀ ਤੇ ਜਿਹੜਾ ਹੈਗਾ ਸਟਰਾਬਰੀ ਫੈਸਟੀਵਲ ਹੈ ਇਸ ਦਾ ਉਦਘਾਟਨ ਕਰਿਆ ਗਿਆ ਕਿੱਥੇ ਕਰਿਆ ਗਿਆ ਚਾਂਸੀ ਦੇ ਵਿੱਚ ਕਿਸ ਦੁਆਰਾ ਕਰਿਆ ਗਿਆ yogi dattan ji ਤੇ yogi dattan ji ਤੁਹਾਨੂੰ ਪਤਾ ਹੈ ਕਿੱਥੋਂ ਦੇ ਸੀਐਮ ਦੇ ਕੋਲੋਂ ਮਿਲਦੇ ਆ ਯੂਪੀ ਦੇ ਜੋ ਹੈ ਏ ਸੀ ਐਮ ਦੇ ਕਨੋਮੇਲ ਦੇ ਚਾਂਸੀ ਦੇ ਵਿੱਚ ਇਸ ਦਾ ਉਦਘਾਟਨ ਕਰਿਆ ਗਿਆ ਜੋ ਇਹ ਸਟਰਾਬਰੀ ਤੁਸੀਂ ਦੇਖ ਸਕਦੇ ਹੋ ਕਾਦੇ ਲਈ ਕੀਤਾ ਗਿਆ ਇਹ ਫੈਸਟੀਵਲ ਦਾ ਏਮ ਕੀਤਾ ਹੈ ਇਹੀ ਫੈਸਟੀਵਲ ਦਾ ਏਮ ਹੈ ਵੀ ਜਿਹੜੀ ਇਹ ਸਟਰਾਬਰੀ ਵਗੈਰਾ ਇਸ ਦੀ ਵੀ ਜਿਹੜੀ ਹੈਗੀ ਹੈ ਖੇਤੀ ਨੂੰ ਪ੍ਰਮੋਟ ਕਰਨ ਦੇ ਲਈ ਇਦਾਂ ਦਾ ਜਿਹੜਾ ਹੈਗਾ ਫੈਸਟੀਵਲ ਹੈ ਇਹ ਵੀਡੀਓ ਕਾਨਫਰੰਸ ਦੁਆਰਾ ਜਿਹੜਾ ਹੈਗਾ ਲਾਂਚ ਕੀਤਾ ਗਿਆ ਠੀਕ ਹੈ ਜੀ ਤੇ ਇਹ ਕਦੋਂ ਤੱਕ ਚੱਲੂਗਾ 16 ਫਰਵਰੀ ਤੱਕ ਹੈ ਜੋ ਇਹ ਫੈਸਟੀਵਲ ਚੱਲਣ ਵਾਲਾ ਹੈਗਾ ਤੇ ਇਹ ਫੈਸਟੀਵਲ ਇੰਪੋਰਟੈਂਟ ਹੋ ਜਾਂਦਾ ਹੋ ਸਕਦਾ ਵੀ ਪੁੱਛ ਲਿਆ ਜਾਵੇ ਤੇ ਇਸ ਦੇ ਬਾਊਟ ਯਾਦ ਰੱਖਿਓ ਜੋ ਸਟ੍ਰੋਬਰੀ ਫੈਸਟੀਵਲ ਹੈ ਇਹ ਯੂਪੀ ਦੇ ਵਿੱਚ ਲਾਂਚ ਕਰਿਆ ਗਿਆ ਤਾਂ ਯੂਪੀ ਦੀ ਗੱਲ ਆਈ ਹੈ ਤਾਂ ਇਸ ਬਾਊਟ ਵੀ ਦੇਖ ਲੈਣਾ ਹੈ ਸੀਐਮ ਆਪਾ ਦੇ ਕਿਹ ਲੈ ਚੋਕੀ ਦਿੱਤਾ ਨਾ ਜਿੱਥੋਂ ਦੇ ਸੀਐਮ ਦੇਖਣ ਨੂੰ ਮਿਲਦੇ ਆ ਗਵਰਨਰ ਇੱਥੋਂ ਦੇ ਆ ਜੋ ਅਨੰਦੀ ਬਨ ਪਟੇਲ ਜੀ ਹੈ ਜੋ ਇੱਥੋਂ ਦੇ ਗਵਰਨਰ ਦੇਖਣ ਨੂੰ ਮਿਲਦੇ ਆ ਤੇ ਅਨੰਦੀ ਬਨ ਪਟੇਲ ਹੋਰ ਕਿਹੜੀ ਜੋ ਸਟੇਟ ਦੇ ਆ ਗਵਰਨਰ ਦੇਖਣ ਨੂੰ ਮਿਲਦੇ ਆ ਤਾਂ ਇਹ ਐਮਪੀ ਸਟੇਟ ਠੀਕ ਆ ਜੀ ਮੱਧ ਪ੍ਰਦੇਸ਼ ਦੇ ਵੀ ਹੈ ਜੋ ਇਹ ਇਹ ਦੇਖਣ ਨੂੰ ਮਿਲਦੀ ਹੈ ਗਵਰਨਾ ਦੇਖਣ ਨੂੰ ਮਿਲਦੀ ਹੈ ਕਿਉਂਕਿ ਜਦੋਂ ਲਾਲਜੀ ਟੰਡਨਜੀ ਸੀਗੇ ਉਹਨਾਂ ਦੀ ਡੈਥ ਹੋ ਗਈ ਸੀ ਤਾਂ ਉਹਨਾਂ ਦਾ ਤਾਂ ਉਹਨਾਂ ਦਾ ਜਿਹੜਾ ਕਾਰਜਪਾਲ ਸੀ ਤਾਂ ਏ ਵੀ ਆਨੰਦੀ ਬਨ ਪਟੇਲ ਜੀ ਨੂੰ ਸਮਾਦਰ ਦਿੱਤਾ ਸੀ ਤੇ ਇੱਥੋਂ ਦੀ ਜੋ ਕੈਪੀਟਲ ਹੈ ਕਿਹੜੀ ਦੇਖਣ ਨੂੰ ਮਿਲਦੀ ਹੈ ਤਾਂ ਇੱਥੋਂ ਦੀ ਕੈਪੀਟਲ ਹੈ ਲਖਨਊ ਜੋ ਹੈ ਯੂਪੀ ਦੀ ਕੈਪੀਟਲ ਦੇਖਣ ਨੂੰ ਮਿਲਦੀ ਹੈ ਤੇ ਇੱਥੇ ਜੋ ਰੀਸੈਂਟ ਨਿਊਜ਼ ਦੇ ਵਿੱਚ ਸੀ ਗੱਲਾਂ ਆਪਾਂ ਉਹ ਡਿਸਕਸ ਕਰ ਲੈਨੇ ਆ ਇੱਥੇ ਕਿਹੜਾ ਲੈਦਰ ਪਾਰਕ ਵੀ ਇੱਥੇ ਬਣ ਜਾ ਰਿਹਾ ਤੇ ਫਿਲਮ ਸਿਟੀ ਹੈ ਜੋ ਨੋਇਡਾ ਦੇ ਵਿੱਚ ਹੈ एवीटी रेकनो मिलदी है ते एंटी इलेक्ट्रिसिटी थफ्ट पुलिस स्टेशन सी जो हार्ड डिस्क ਦੇ ਵਿੱਚ ਬਣਾਏ ਜਾਣੇ ਸੀ ਉਹ ਵੀ ਜਿਹੜੀ ਗੱਲ ਹੈ ਕਿਸ ਨੇ ਕਹੀ ਸੀ ਉਹ ਵੀ यूपी ਨੇ ਕਹੀ ਸੀ ਤੇ ਜੋ ਕਿਸਾਨ ਕਲਿਆਣ ਮਿਸ਼ਨ ਹੈ ਠੀਕ ਹੈ ਇਹ ਵੀ ਰੀਸੈਂਟਲੀ ਨਿਊਜ਼ ਦੇ ਵਿੱਚ ਸੀ ਇਹ ਵੀ ਕਿਹਦੇ ਨਾਲ ਰਿਲੇਟ ਕਰਦਾਗਾ यूपी ਦੇ ਨਾਲ ਹੈ ਤੇ ਇੱਕ ਯੂ ਪੋਰਟਲ ਜੇ ਤੁਹਾਨੂੰ ਯਾਦ ਆ ਰਿਹਾ ਹੋਵੇ ਆਪਾਂ ਸ਼ਾਇਦ ਕਰਿਆ ਸੀ 1 ਅਕਤੂਬਰ ਜਿਹਦੇ ਅਕਤੂਬਰ ਸੈਪਟੰਬਰ ਚ ਇਹ ਜਿਹੜਾ ਕੁਝ ਕਰਿਆ ਸੀਗਾ ਯੂ ਪੋਰਟਲ ਹੈ ਜੋ ਜਿਸ ਨੂੰ ਕੀ ਕਿਹਾ ਜਾ ਰਿਹਾ ਹੈ ਯੂਨੀਫਾਈਡ ਜਿਹੜਾ ਹੈਗਾ ਪੋਰਟਲ ਜਾਂ ਯੂ ਰਾਈਜ਼ ਕਿਹਾ ਜਾ ਰਿਹਾ ਹੈ ਇੱਥੇ ਕੀ ਸੀ ਆਨਲਾਈਨ ਜੋ ਕੰਟਨੈਂਟ ਹੈ ਜੋ ਜੋਵਾ ਕਰਨ ਨੂੰ ਪ੍ਰੋਵਾਈਡ ਕੀਤਾ ਜਾਂਦਾ ਸੀ ਇੱਕ ਸਾਭ ਦੀ ਆਪਾਂ ਕਹਿ ਦਈਏ ਜਿਹੜਾ ਹੈਗਾ ਈ ਲਾਇਬ੍ਰੇਰੀ ਵਗੈਰਾ ਜਿਹੜਾ ਹੈਗਾ ਉਸ ਟਾਈਪ ਦਾ ਜਿਹੜਾ ਹੈਗਾ ਪ੍ਰੋਜੈਕਟ ਹੈ ਇਸ ਦੇ ਵਿੱਚ ਪ੍ਰੋਵਾਈਡ ਕੀਤਾ ਜਾ ਰਿਹਾ ਸੀ ਤਾਂ ਕਿ ਸਟੂਡੈਂਟ ਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਕੋਵਿਡ 19 ਉਹ ਦੌਰ ਚੱਲ ਰਿਹਾ ਸੀ ਨਾ ਤਾਂ ਕਰਕੇ ਜਿਹੜਾ ਹੈਗਾ ਇਦਾਂ ਦੀਆਂ ਚੀਜ਼ਾਂ ਕਾਫੀ ਜੜੀਆਂ ਗੀਆਂ ਲਾਂਚ ਠੀਕ ਹੈ ਜੀ ਯੂਪੀ ਦੇ ਵਿੱਚ ਨੈਸ਼ਨਲ ਪਾਰਕ ਕਿਹੜਾ ਦੇਖਣ ਨੂੰ ਮਿਲਦਾ ਹੈ ਦੁੱਧਵਾ ਨੈਸ਼ਨਲ ਪਾਰਕ ਹੈ ਜੋ ਇੱਥੇ ਦੇਖਣ ਨੂੰ ਮਿਲਦਾ ਹੈ ਯੂਪੀ ਦੇ ਵਿੱਚ ਠੀਕ ਹੈ ਜੀ ਇਥੋਂ ਦਾ ਫੋਕ ਡਾਂਸ ਆਪਾਂ ਕਾਫੀ ਵਾਰ ਦੇਖ ਚੁੱਕੇ ਹਾਂ ਕਿਹੜਾ ਹੈਗਾ ਕਥਕ ਨਟਕੀ ਤੇ ਜਿਹੜੀ ਹੈਗੀ ਆ ਰਾਸਲੀਲਾ ਵੀ ਜਿਹੜੀ ਹੈਗੀ ਆ ਇੱਥੇ ਦੇਖਣ ਨੂੰ ਮਿਲਦੀ ਹੈ ਠੀਕ ਹੈ ਜੀ ਚਾਰੂ ਗੁਲਾਬ ਵੀ ਇੱਥੇ ਹੀ ਦੇਖਣ ਨੂੰ ਮਿਲਦਾ ਹੈ ਤੇ ਇਹ ਸੀਗੀਆਂ ਕੁਝ ਗੱਲਾਂ ਜੋ ਆਪਾਂ ਯੂਪੀ ਦੇ ਨਾਲ ریلیਟਡ ਦੇਖੀਆਂ ਜੇ ਤੁਹਾਨੂੰ ਹੋਰ ਵੀ ਕੋਈ ਗੱਲ ਆਪਣੇ ਤੋਂ ਸਕਿਪ ਹੋ ਜਾਂਦੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖਦਿਆ ਕਰੋ ਵੀ ਇਹ ਗੱਲ ਇਸ ਸਟੇਟ ਦੇ ਨਾਲ ਰਹਿ ਗਈ ਠੀਕ ਹੈ ਥੋੜਾ ਜਿਹਾ ਡਿਟੇਲ ਦੇ ਵਿੱਚ ਪਾ ਦਿਆ ਕਰੋ ਤਾਂ ਕਿ ਮੈਨੂੰ ਸਮਝ ਆ ਜਾਵੇ ਵੀ ਤੁਸੀਂ ਕਿਹੜੀ ਗੱਲ ਦੇ ਨਾਲ ਜਿਹੜੀ ਹੈ ਗੈਰ ਰਿਲੇਟ ਕਰਕੇ ਗੱਲ ਕਹਿ ਰਹੇ ਹੋ ਚਲੋ ਜੀ ਹੁਣ ਆਪਾਂ ਨੈਕਸਟ ਨਿਊਜ਼ ਤੇ ਚੱਲਦੇ ਹਾਂ ਹਾਰਾ ਕਾਲਕਾ ਮੇਲੇ ਇਸ ਦਾ ਨਾਮ ਹੈ ਚੇਂਜ ਕੀਤਾ ਗਿਆ ਤਾਂ ਕੀ ਕਰ ਦਿੱਤਾ ਗਿਆ ਨੇਤਾਜੀ ਐਕਸਪ੍ਰੈਸ ਕਰ ਦਿੱਤਾ ਗਿਆ ਤੁਹਾਨੂੰ ਪਤਾ ਹੈ ਵੀ ਜੋ ਹੈਗਾ 23 ਜਨਵਰੀ ਨੂੰ ਕਿਹੜਾ ਦਿਨ ਹੈ ਜੋ ਸੈਲੀਬ੍ਰੇਟ ਕੀਤਾ ਜਾਊਗਾ ਪਰਾਕਰਮਕ ਦਿਵਸ ਹੈ ਜਿਹੜਾ ਸੈਲੀਬ੍ਰੇਟ ਕੀਤਾ ਜਾਣਾ ਤਾਂ ਕਿਨਾਂ ਦੀ ਬਰਥ ਅਨਿਵਰਸਰੀ ਤੇ ਕਿਹੜਾ ਹੈ ਨਾ ਸੁਭਾਸ਼ ਚੰਦਰ ਬੋਸ ਜੀ ਦੀ ਜੋ ਬਰਥ ਅਨਿਵਰਸਰੀ ਹੈ ਉਸ ਤੇ ਜਿਹੜਾ ਹੈਗਾ 23 ਜਨਵਰੀ ਪਰਾਕਰਮਕ ਦਿਵਸ ਉਹ ਜੋ ਸੈਲੀਬ੍ਰੇਟ ਕੀਤਾ ਜਾਊਗਾ ਤੇ ਇਸ ਐਕਸਪ੍ਰੈਸ ਦਾ ਨਾਮ ਕੀ ਰੱਖ ਦਿੱਤਾ ਗਿਆ ਨੇਤਾਜੀ ਐਕਸਪ੍ਰੈਸ ਹੈ ਜੋ ਇਸ ਕਾਲਕਾ ਮੇਲ ਦਾ ਨੇਮ ਚੇਂਜ ਕਰਕੇ ਰੱਖਿਆ ਗਿਆ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਹੈ ਜੋ ਇਨ ਬਾਊਟ ਆਪਾਂ ਕੱਲ ਵੀ ਡਿਸਕਸ ਕਰ ਕਾਫੀ ਬਾਰ ਡਿਸਕਸ ਕਰ ਚੁੱਕੇ ਹਾਂ ਹੁਣ ਡਿਟੇਲ ਦੇ ਵਿੱਚ ਹੈ ਜੋ 23 ਜਨਵਰੀ ਨੂੰ ਹੈ ਇਨ ਬਾਊਟ ਆਪਾਂ ਡਿਸਕਸ ਕਰਾਂਗੇ ਫੇਰ ਵੀ ਆਪਾਂ ਦੇਖ ਲੈਣਾ ਹੈ ਜੈ ਹਿੰਦ ਦਾ ਨਾਰਾ ਇਹਨਾਂ ਨੇ ਦਿੱਤਾ ਸੀ ਤਮੇ ਜੇ ਖੂਨ ਦੋ ਮੈਂ ਤੁਮੇ ਜੀ ਜਾਨੀ ਦੂੰਗਾ ਇਹ ਵੀ ਨਾਰਾ ਇਹਨਾਂ ਦਾ ਸੀਗਾ ਠੀਕ ਹੈ ਜੀ ਦਿੱਲੀ ਚਲੋ ਹੈ ਜੋ ਇਹ ਵੀ ਨਾਰਾ ਜੋ ਹੈ ਇਹਨਾਂ ਲਈ ਸੀਗਾ ਦੋ ਵਾਰ ਜੋ ਹੈ ਗਿਆ ਇਹ ਪ੍ਰੈਜ਼ੀਡੈਂਟ ਹੋ ਜੋ ਚੁਣੇ ਗਏ ਸੀ ਆਈਐਨਸੀ ਦੇ ਠੀਕ ਹੈ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੇ 1938 ਦੇ ਵਿੱਚ ਬਣੇ ਸੀਗੇ ਫਿਰ 1939 ਤੋਂ ਲੈ ਕੇ 1941 ਤੱਕ ਰਹੇ ਸੀਗੇ ਠੀਕ ਹੈ 1945 ਦੇ ਵਿੱਚ ਹੈ ਕੀ ਹੈ ਇਹਨਾਂ ਦੀ ਪਲੇਨ ਕ੍ਰੈਸ਼ ਤੇ ਦੌਰਾਨ ਹੈ ਠੀਕ ਹੈ ਪਲੇਨ ਕ੍ਰੈਸ਼ ਹੋਣ ਕਰਨਾ ਇਹਨਾਂ ਦੀ ਜੋ ਡੈਥ ਹੋ ਗਈ ਸੀ ਤੇ ਇਹਨਾਂ ਦੇ ਜਨਮ ਦਿਨ ਤੇ ਹੀ 23 ਜਨਵਰੀ ਨੂੰ ਆ ਕੀ ਕੀ ਆ ਪਰਾਕਰਮ ਦਿਵਸ ਵਜੋਂ ਸੈਲੀਬ੍ਰੇਟ ਕਰਾਂਗੇ 1897 ਦੇ ਵਿੱਚ ਹੈ ਜੋ ਇਹਨਾਂ ਦਾ ਜਨਮ ਹੋਇਆ ਸੀ 23 ਜਨਵਰੀ 1897 ਵਿੱਚ ਚਲੋ ਜੀ ਇਹ ਸੀਗੀਆਂ ਕੁਝ ਕੁ ਇੰਪੋਰਟੈਂਟ ਗੱਲਾਂ ਜੋ ਆਪਾਂ ਸੁਬਾਸ਼ ਚੰਦਰ ਬੋਸ ਜੀ ਦੇ ਨਾਲ ਦੇਖੀਆਂ 23 ਜਨਵਰੀ ਨੂੰ ਫੇਰ ਆਪਾਂ ਸਾਰਾ ਕੁਝ ਡਿਟੇਲ ਦੇ ਵਿੱਚ ਦੇਖ ਲਾਂਗੇ ਜੋ ਆਪਾਂ ਗੱਲਬਾਤ ਪਹਿਲਾਂ ਵੀ ਆਪਾਂ ਕਰ ਚੁੱਕੇ ਹਾਂ ਤੇ ਇਹ ਯਾਦ ਰੱਖਿਓ ਹਾਵੜਾ ਕਾਲਕਾ ਬ੍ਰਿਜ ਜਿਹੜਾ ਹੈਗਾ ਹਾਵੜਾ ਕਾ ਹਾਵੜਾ ਕਾਲਕਾ ਮੇਲ ਹੈ ਇਸ ਦਾ ਜਿਹੜਾ ਨਾਮ ਹੈ ਨੇਤਾਜੀ ਐਕਸਪ੍ਰੈਸ ਰੱਖਿਆ ਗਿਆ ਚਲੋ ਜੀ ਹੁਣ ਆਪਾਂ ਨੈ ਜੋ ਡ੍ਰੈਗਨ ਫਰੂਟ ਹੈ ਠੀਕ ਹੈ ਇਸ ਦਾ ਵੀ ਜਿਹੜਾ ਹੈਗਾ ਨਾਮ ਚੇਂਜ ਕਰਕੇ ਕੀ ਰੱਖਿਆ ਗਿਆ ਜਾ ਰਿਹਾ ਕਾਮਲਾਮ ਠੀਕ ਹੈ ਜਿਹੜੇ ਗੁਜਰਾਤ ਦੇ ਸੀਐਮ ਨੇ ਵਿਜੇ ਰupani ਜੀ ਇਹ ਕੀ ਕਹਿੰਦੇ ਇਸ ਦਾ ਜੋ ਨਾਮ ਹੈ ਸੁਣ ਚ ਚੰਗਾ ਨਹੀਂ ਲੱਗ ਰਿਹਾ ਉਹਨਾਂ ਨੂੰ ਸ਼ਾਇਦ ਚਾਈਨਾ ਵਾਲੀ ਹੋ ਸਕਦਾ ਵੀ ਫੀਲ ਆ ਰਹੀ ਹੋਵੇ ਕਿਉਂਕਿ ਚਾਈਨਾ ਦਾ ਤੁਹਾਨੂੰ ਪਤਾ ਹੀ ਹੈ ਡ੍ਰੈਗਨ ਦਾ ਸਬੰਧ ਤੇ ਜੋ ਇਸ ਦਾ ਨਾਮ ਹੈ ਕਾਮਲਾਮ ਜੋ ਇਸ ਦਾ ਨਾਮ ਰੱਖਿਆ ਗਿਆ ਤੁਸੀਂ ਇਹ ਦੇਖ ਹੀ ਸਕਦੇ ਹੋ ਡ੍ਰੈਗਨ ਫਰੂਟ ਠੀਕ ਹੈ ਵੈਸੇ ਮੈਂ ਤਾਂ ਨਹੀਂ ਖਾਦਾ ਹਜੇ ਤੱਕ ਸ਼ਾਇਦ ਖਾਦਾ ਹੋ ਵੀ ਯਾਦ ਵੀ ਨਹੀਂ ਇਹ ਨਾ ਸ਼ਾਇਦ ਉਸ ਤੇ ਨਾ ਕੇਕ ਜਿਹੇ ਦੇ ਪਾ ਕੇ ਦਿੰਦੇ ਹੁੰਦੇ ਆ ਉਸ ਤੇ ਸ਼ਾਇਦ ਹੁੰਦਾ ਮੈਨੂੰ ਲੱਗਦਾ ਖਾਇਆ ਚਲੋ ਕੋਈ ਗੱਲ ਨਹੀਂ ਇਹ ਆਪਾਂ ਨਿਊਜ਼ ਦੇਖ ਲਓ ਵੀ ਇਹ ਯਾਦ ਰੱਖਿਓ ਜਿਹੜਾ ਹੈਗਾ ਕਾਮਲਾਮ ਹੈ ਇਸ ਦਾ ਨਾਮ ਰੱਖਣ ਜਾ ਰਹੇ ਹੈ ਕਾਦਾ ਇਸ ਡ੍ਰੈਗਨ ਫਰੂਟ ਦਾ ਚਲੋ ਜੀ ਹੁਣ ਆਪਾਂ ਗੁਜਰਾਤ ਅਬਾਊਟ ਦਾ ਨਹੀਂ ਦੇਖਦੇ ਫੇਰ ਕਿਉਂਕਿ ਲੈਕਚਰ ਕਾਫੀ ਲੰਬਾ ਚਲਾ ਜਾਊਗਾ ਗੁਜਰਾਤ ਅਬਾਊਟ ਆਪਾਂ ਪਹਿਲਾਂ ਵੀ ਦੇਖ ਚੁੱਕੇ ਆ ਸੀਐਮ ਕੌਣ ਦੇਖਣ ਨੂੰ ਮਿਲਦਾ ਹੈ ਵਿਜੇ ਰੋਮਾ ਔਰ ਪੰਨੀਜੀ ਦੇਖਣ ਨੂੰ ਮਿਲਦਾ ਹੈ ਠੀਕ ਹੈ ਜੀ ਕਾਫੀ ਵਾਰ ਆ ਜੋ ਗੁਜਰਾਤ ਅ ਦੱਸ ਚੁੱਕੇ ਹਾਂ ਜਿਹੜੀਆਂ ਰੀਸੈਂਟ ਨਿਊਜ਼ ਦੇ ਵਿੱਚ ਸੀ ਉਸ ਦੇ ਅਬਾਊਟ ਵੀ ਕਾਫੀ ਬਾਰ ਆ ਜੋ ਆਪਾਂ ਡਿਸਕਸ ਕਰ ਚੁੱਕੇ ਹਾਂ ਤਾਂ ਕਰਕੇ ਮੈਂ ਡਿਸਕਸ ਨਹੀਂ ਕਰ ਰਿਹਾ ਕਿਉਂਕਿ ਐਂਡ ਤੇ ਅੱਜ ਆਪਾਂ ਕੀ ਡਿਸਕਸ ਕਰਨਾ ਪੰਜਾਬ ਅਬਾਊਟ ਹੈ ਮੈਂ ਕੁਝ ਕੁ ਗੱਲਾਂ ਜਿਹੜੀਆਂ ਗੀਆਂ ਇੰਪੋਰਟੈਂਟ ਇੰਪੋਰਟੈਂਟ ਗੱਲਾਂ ਡਿਸਕਸ ਕਰਨੀਆਂ 올ਡ ਰੇਮ ਆ ਜਿਹੜੇ ਹੈਗੇ ਸਾਰੇ ਆਪਾਂ ਪੰਜਾਬ ਤੇ ਦੇਖਾਂਗੇ ਤਾਂ ਕਰਕੇ ਮੈਂ ਇਸ ਦੀ ਨਹੀਂ ਕਰ ਰਿਹਾ ਛੱਡ ਰਿਹਾ ਚਲੋ ਜੀ ਹੁਣ ਆਪਾਂ ਨਿਊਜ਼ ਤਾਂ ਖਤਮ ਹੋ ਗਈਆਂ ਚਲੋ ਜੀ ਇੱਥੇ ਆਪਾਂ ਪੰਜਾਬ ਅਬਾਊਟ ਹੀ ਡਿਸਕਸ ਕਰ ਲੈਨੇ ਮੈਂ ਤਾਂ ਸੋਚਿਆ ਕਦੇ ਇੱਕ ਅੱਧੀ ਨਿਊਜ਼ ਹੋਰ ਪਈ ਹੋ ਪੰਜਾਬ ਅਬਾਊਟ ਵੀ ਜੋ ਪੰਜਾਬ ਦੇ 올ਡ ਨੇਮ ਨੇ ਠੀਕ ਹੈ ਅੱਜ ਆਪਾਂ ਇਸ ਵਿੱਚ ਕਰਾਂਗੇ 올ਡ ਨੇਮ ਠੀਕ ਹੈ ਸਾਰੇ ਕਿਹੜੇ ਕਾਲ ਦੇ ਵਿੱਚ ਪੰਜਾਬ ਦਾ ਕਿਹੜਾ ਨਾਮ ਸੀ ਉਸ ਦੇ ਬਾਊਟ ਹੈ ਆਪਾਂ ਦੇਖਾਂਗੇ ਠੀਕ ਹੈ ਜੀ ਜੋ ਵੈਦਿਕ ਪੀਰੀਅਡ ਸੀ ਜੋ ਵੈਦਿਕ ਪੀਰੀਅਡ ਸੀ ਠੀਕ ਹੈ ਕਾਦੇ ਅਕੋਰਡਿੰਗ ਰਿਗਵੇਦਾ ਦੇ ਅਕੋਰਡਿੰਗ ਠੀਕ ਹੈ ਜੀ ਪਹਿਲਾਂ ਇੱਕ ਮੈਨੂੰ ਹੋਰ ਆਨਸਰ ਦੇ ਦਿਓ ਵੀ ਜਿਹੜਾ ਆਪਣੀ ਪੰਜਾਬ ਦੀ ਧਰਤੀ ਹੈ ਉਸ ਤੇ ਕਿਹੜਾ ਜਿਹੜਾ ਹੈਗਾ ਵੇਦ ਲਿਖਿਆ ਗਿਆ ਸੀ ਠੀਕ ਹੈ ਕਿਹੜਾ ਵੇਦ ਲਿਖਿਆ ਗਿਆ ਸੀ ਮੰਨਿਆ ਜਾਂਦਾ ਤਾਂ ਉਸ ਦਾ ਆਨਸਰ ਜ਼ਰੂਰ ਦੇ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਰਿਗਵੇਦ ਦੇ ਅਕੋਰਡਿੰਗ ਜੋ ਵੈਦਿਕ ਪੀਰੀਅਡ ਦੇ ਪੁੱਛਿਆ ਜਾਊਗਾ ਵੀ ਵੈਦਿਕ ਪੀਰੀਅਡ ਦੇ ਜਿਹੜਾ ਵੈਦਿਕ ਪੀਰੀਅਡ ਟਾਈਮ ਜਿਹੜਾ ਹੈਗਾ ਇੰਡੀਆ ਦਾ ਨਾਮ ਕੀ ਸੀਗਾ ਆਪ ਇੰਡੀਆ ਆ ਗਿਆ ਪੰਜਾਬ ਦਾ ਨਾਮ ਕੀ ਸੀ ਤਾਂ ਇਸ ਦਾ ਕੀ ਹੋਗਾ ਸਬਤ ਸਿੰਧੂ ਠੀਕ ਹੈ ਜੀ ਸਬਤ ਸਿੰਧੂ ਸੀਗਾ ਵੈਦਿਕ ਪੀਰੀਅਡ ਰੋਂ ਦੌਰਾਨ ਤੇ ਜਿਹੜਾ ਹੈਗਾ ਹਿੰਦੂ ਕਾਪ ਹਿੰਦੂ ਮਹਾਕਾਪ ਠੀਕ ਹੈ ਮੈਂ ਹਿੰਦੂ ਮਹਾਕਾਪ ਮਤਲਬ ਜਿਹੜਾ ਮਹਾਭਾਰਤ ਤੇ ਜਿਹੜੇ ਪੁਰਾਣੇ ਪੁਰਾਨਜ਼ ਹੈ ਠੀਕ ਹੈ ਉਹਨਾਂ ਦੇ ਅਕੋਰਡਿੰਗ ਹੈ ਜੋ ਪੰਜਾਬ ਦਾ ਨਾਮ ਕੀ ਦੇਖਣ ਨੂੰ ਮਿਲਦਾ ਸੀ ਪੰਚਨਦ ਠੀਕ ਹੈ ਜੀ ਪੰਚਨਦ ਦੇਖਣ ਨੂੰ ਮਿਲਦਾ ਸੀ ਹਿੰਦੂ ਮਹਾਕਾਪ ਦੇ ਅਕੋਰਡਿੰਗ ਯਾਨੀ ਕਿ ਮਹਾਭਾਰਤ ਰਮਾਇਣਸ ਇਦਾਂ ਦੇ ਜਿਹੜੇ ਮਹਾਕਾਪ ਹੋਗੇ ਪੁਰਾਨਜ਼ ਹੋਗੇ ਠੀਕ ਹੈ ਜੀ ਕਹਿ ਸਕਦੇ ਆ ਮਹਾਕਾਪ ਤੇ ਪੁਰਾਨਜ਼ ਦੇ ਜਿਹੜੇ ਦੌਰਾਨ ਹੈ ਪੰਚਨਦ ਦੇਖਣ ਨੂੰ ਮਿਲਦਾ ਸੀ ਤੇ ਜੋ ਗ੍ਰੀਕਸ ਟਾਈਮ ਸੀ ਠੀਕ ਹੈ ਜੋ ਗ੍ਰੀਕ ਪੀਰੀਅਡ ਸੀ ਉਸ ਟਾਈਮ ਕੀ ਦੇਖਣ ਨੂੰ ਮਿਲਦਾ ਸੀ ਪੈਂਟਾਪੋਟਾਮੀਆ ਠੀਕ ਹੈ ਜੀ ਪੈਂਟਾਪੋਟਾਮੀਆ ਜੋ ਪੰਜਾਬ ਦਾ ਨਾਮ ਦਿੱਤਾ ਗਿਆ ਸੀ ਗ੍ਰੀਕਸ ਦੇ ਅਕੋਰਡਿੰਗ ਤੇ ਡਿਊਰਿੰਗ ਜੋ ਟੱਕ ਪੀਰੀਅਡ ਸੀ ਠੀਕ ਹੈ ਟੱਕ ਕਬੀਲਾ ਪੀਰੀਅਡ ਜਿਹੜਾ ਮੰਨਿਆ ਜਾਂਦਾ ਹੈ ਉਸ ਦੌਰਾਨ ਕੀ ਸੀ ਤਾਂ ਉਸ ਦੌਰਾਨ ਪੰਜਾਬ ਦਾ ਪੰਜਾਬ ਨੂੰ ਕੀ ਕਹਿੰਦਾ ਸੀ ਟੱਕੀ ਕਿਹਾ ਜਾਂਦਾ ਸੀ ਜਾਂ ਕਿਹਾ ਜਾਂਦਾ ਸੀ ਟੱਕ ਪ੍ਰਦੇਸ਼ ਜਾਂ ਕੀ ਕਿਹਾ ਜਾਂਦਾ ਸੀ ਟੱਕ ਪਰਦੇਸ਼ ਕਿਹਾ ਜਾਂਦਾ ਸੀ ਠੀਕ ਹੈ ਜੀ ਇਹਨਾਂ ਤੋਂ ਹੋ ਸਕਦਾ ਵੀ ਕੋਈ ਸਿੱਧਾ ਹੀ ਕਹਿ ਦੇਣ ਵੀ ਆਹ ਪੀਰੀਅਡ ਦੇ ਵਿੱਚ ਕੀ ਨਾਮ ਸੀ ਸਿੱਧਾ ਪੁੱਛਿਆ ਜਾਂਦਾ ਠੀਕ ਹੈ ਤੇ ਅੱਗੇ ਦੇਖ ਲੈਣੇ ਅਕੋਰਡਿੰਗ ਟੂ ਜਿਹੜਾ ਹੈਗਾ ਚਾਈਨੀਸ ਟਰੈਵਲਰ ਆਇਆ ਸੀ ਠੀਕ ਹੈ ਜੀ ਤੁਸੀਂ ਹਿਸਟਰੀ ਦੇ ਵਿੱਚ ਪੜਿਆ ਹੋਊਗਾ ਹਿਊਨ ਸੰਗ ਹਿਊਨ ਸੰਗ ਹੈ ਜੋ ਇਹ ਬੰਦਾ ਆਇਆ ਸੀ ਚਾਈਨੀਸ ਟਰੈਵਲ ਸੀ ਟਰੈਵਲਰ ਸੀ ਇਸ ਨੇ ਕੀ ਨਾਮ ਦਿੱਤਾ ਸੀ ਸੇਕਿਆ ਦਿੱਤਾ ਸੀ ਠੀਕ ਹੈ ਜੀ ਸੇਕਿਆ ਇਸ ਨੇ ਨਾਮ ਦਿੱਤਾ ਸੀ ਆਪਣੇ ਪੰਜਾਬ ਨੂੰ ਤੇ ਮੈਨੂੰ ਐਂ ਦੱਸ ਦਿਓ ਹਿਊਨਾਂਗ ਜਿਹੜਾ ਆਇਆ ਸੀ ਇਹ ਕੀ ਦਾ ਪੀਰੀਅਡ ਸੀ ਠੀਕ ਹੈ ਇਹਨਾਂ ਦੱਸ ਦਿਨਾ 7th ਸੈਂਚਰੀ ਦੇ ਵਿੱਚ ਹੈ ਜੋ ਇਹ ਆਇਆ ਸੀ ਤੇ 7th ਸੈਂਚਰੀ ਦੇ ਵਿੱਚ ਹੈ ਕਿਸ ਦੇ ਰਾਜ ਦੌਰਾਨ ਹੈ ਜਿਹੜਾ ਆਇਆ ਸੀ ਉਸ ਦਾ ਨਾਮ ਦੱਸ ਦਿਓ ਠੀਕ ਹੈ ਜੀ ਐਚ ਵੀ ਸ਼ਾਰਟ ਫਾਰਮ ਦੱਸਦੀ ਹੈ ਹੁਣ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਦਿਓ ਅੱਗੇ ਦੇਖ ਲੈਣੇ ਆ ਜੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਟਾਈਮ ਆਉਂਦਾ ਠੀਕ ਹੈ ਉਸ ਟਾਈਮ ਕੀ ਕਿਹਾ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਹੈ ਜੋ ਪੰਜਾਬ ਨੂੰ ਕੀ ਕਹਿੰਦਾ ਸੀ ਲਾਹੌਰ ਸੂਬਾ ਠੀਕ ਹੈ ਜੀ ਲਾਹੌਰ ਸੂਬਾ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਕਿਹਾ ਜਾਂਦਾ ਸੀ ਤੇ ਜੋ 8049 ਹੈ 8049 ਦੇ ਵਿੱਚ ਹੈ ਜੋ ਆਪਣਾ ਪੰਜਾਬ ਹੈ ਅੰਗਰੇਜ਼ਾਂ ਦੇ ਅੰਦਰ ਆ ਜਾਂਦਾ ਹੈ ਉਸ ਟਾਈਮ ਪੰਜਾਬ ਨੂੰ ਕੀ ਕਿਹਾ ਗਿਆ ਐਸ ਦਾ ਪੰਜਾਬ ਕਿਹਾ ਗਿਆ ਠੀਕ ਹੈ ਜੀ 1849 ਦੇ ਵਿੱਚ ਹੈ ਆਪਣੇ ਪੰਜਾਬ ਨੂੰ ਕੀ ਕਹਿਣ ਲੱਗੇ ਪੰਜਾਬ ਕਹਿਣ ਲੱਗੇ ਠੀਕ ਹੈ ਜੀ ਇਹ ਜਿਹੜੇ 올ਡ ਨੇਮ ਨੇ ਸਾਰੇ ਤੁਸੀਂ ਨੋਟ ਡਾਊਨ ਕਰ ਲਿਓ ਠੀਕ ਹੈ ਜੀ ਤੇ ਹੁਣ ਬਾਲਾ ਚਲੋ ਮੈਂ ਨਹੀਂ ਜਾਂਦਾ ਹੋਰ ਵੀ ਕਾਫੀ ਗੱਲਾਂ ਜਿਹੜੀਆਂ ਹੈਗੀਆਂ ਡਿਸਕਸ ਕਰਨੀਆਂ ਸੀ ਇੰਨੀਆਂ ਜਿਹੜੀਆਂ ਹੈਗੀਆਂ ਗੱਲਾਂ ਤੁਸੀਂ ਨੋਟ ਡਾਊਨ ਕਰ ਲਿਓ ਚਲੋ ਜੀ ਹੁਣ ਆਪਾਂ ਨੈਕਸਟ ਚੱਲਦੇ ਆਂ ਅੱਜ ਦੇ ਕੁਐਸਚਨਸ ਤੇ ਚੱਲਦੇ ਆਂ ਇਹ ਜੁਆ ਜਪ ਅੱਜ ਦੇ ਆਪਣੇ ਕੁਐਸਚਨ ਹੈ ਠੀਕ ਹੈ ਜੀ ਆਬਲੋਕਨ ਸੌਫਟਵੇਅਰ ਲਾਂਚਡ ਬਾਈ ਵਿਚ ਸਟੇਟ ਕੇਡੀ ਸਟੇਟ ਦੁਆਰਾ ਜਿਹੜਾ ਹੈਗਾ ਇਹ ਲਾਂਚ ਕੀਤਾ ਗਿਆ ਹੈਗਾ ਹੁਣੀ ਆਪਾਂ ਕਰਕੇ ਅੱਡੇ ਆ ਵਿਚ ਟ੍ਰੇਨ ਰੀਨੇਮਡ ਐਜ਼ ਨੇਤਾਜੀ ਐਕਸਪ੍ਰੈਸ ਤੇ ਕਿਹੜੀ ਟ੍ਰੇਨ ਦਾ ਜਿਹੜਾ ਹੈਗਾ ਨੇਤਾਜੀ ਐਕਸਪ੍ਰੈਸ ਨਾਮ ਰੱਖਿਆ ਗਿਆ ਉਹ ਵੀ ਤੁਸੀਂ ਦੱਸ ਦਿਓ ਵਾਟ ਇਜ਼ ਦਾ ਨੇਮ ਆਫ ਲਦਾਖਸ ਵੈਟਲੈਂਡ ਵਿਚ ਰੀਸੈਂਟਲੀ ਇਨਕਲੂਡਡ ਇਨ RAMSAR ਸਾਈਟ ਇਸ ਦਾ ਵੀ ਤੁਸੀਂ ਨਾਮ ਲਿਖ ਦਿਓ ਵੀ ਲਦਾਖ ਦਾ ਕਿਹੜਾ ਵੈਟਲੈਂਡ ਹੈ ਹੂ ਹੈਜ਼ ਬਿਕਮ ਇੰਡੀਆਜ਼ ਫਰਸਟ ਊਮਨ ਆ ফাইটার পাইলট টু ফ্লাই রাফেল রাফেল এয়ারক্রাফট ਨੂੰ ਡਾਊਨ ਵਾਲੀ ਪਹਿਲੀ ਮਾਇਲਾ ਜਿਹੜੀ ਹੈਗੀ ਆ ਇੰਡੀਆ ਦੀ ਕਿਹੜੀ ਬਣੀ ਆ ਉਸ ਦਾ ਨਾਮ ਲਿਖ ਦਿਓ ਵਿਚ ਯੂਟੀ ਸਟੇਟ ਹੌਸਟ ਦਾ ਸੈਕੰਡ ਐਡੀਸ਼ਨ ਆਫ ਖੇਲੋ ਇੰਡੀਆ ਵਿంటర్ ਗੇਮਸ ਧਿਆਨ ਰੱਖਿਓ ਸ਼ਬਦਾਂ ਦਾ ਖੇਡ ਹੈ ਵੀ ਇਸ ਦੇ ਵਿੱਚ ਕੀ ਕਿਹਾ ਗਿਆ ਖੇਲੋ ਇੰਡੀਆ ਵਿంటర్ ਗੇਮਸ ਕਿਹਾ ਗਿਆ ਜਾਂ ਕਿਹੜੀ ਗੇਮ ਕਹੀ ਗਈ ਹੈ ਤੇ ਐਡੀਸ਼ਨ ਦੇ ਅਕੋਰਡਿੰਗ ਤੁਸੀਂ ਜਿਹੜਾ ਹੈਗਾ ਇਸ ਦਾ ਆਨਸਰ ਦੇ ਦਿਓ ਇਹ ਕਿੱਥੇ ਜਿਹੜੇ ਹੈਗਾ ਕਿ ਕਿਹੜੀ ਸਟੇਟ ਨੇ ਹੈ ਜਿਹੜਾ ਜਾਂ ਕਿਹੜੀ ਯੂਟੀ ਨੇ ਇਸ ਨੂੰ ਹੋਸਟ ਕਰਵਾਇਆ which is the highest mountain peak of india ਠੀਕ ਹੈ india ਦਾ ਪੁੱਛਿਆਗਾ ਕਿਹੜੀ ਹਾਈest ਮਾਊਂਟੇਨ ਹੈ ਤਾਂ ਉਸਦਾ ਨਾਮ ਜ਼ਰੂਰ ਲਿਖਦੇ ਹੋ ਤੇ ਜਿਹੜਾ ਟੈਸਲਾ ਕੰਪਨੀ ਇਸ ਗੋਇੰਗ ਟੂ ਸੈਟ ਅਪ देयर ਫਰਸਟ ਆਫਿਸ ਇਨ ਵਿਚ ਸਟੇਟ ਆਫ ਇੰਡੀਆ ਕਿਹੜੀ ਸਟੇਟ ਦੇ ਵਿੱਚ ਹੈ ਜੋ ਇਹ ਟੈਸਲਾ ਕੰਪਨੀ ਹੈ ਆਪਦਾ ਫਰਸਟ ਆਫਿਸ ਸੈਟ ਅਪ ਕਰਨ ਜਾ ਰਹੀ ਹੈ ਚਲੋ ਜੀ ਇਹ ਸੀਗੇ ਅੱਜ ਦੇ ਕੁਐਸਚਨ ਤੇ ਇਹਨਾਂ ਦੇ ਆਨਸਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਦੇ ਹੋ ਤੇ ਜੋ एमसीक्यू ਵਾਲੀ ਗੱਲ ਹੈ ਕਹੀ ਸੀ ਉਸ ਦਾ ਵੀ ਤੁਸੀਂ ਜਰੂਰ ਦੇ ਦਿਓ ਵੀ एमसीक्यू ਦੇ ਫਾਰਮ ਦੇ ਵਿੱਚ ਲਿਆਉਣੀਆਂ ਤਾਂ ਅਗਲੀ ਕਲਾਸ ਆਪਾਂ एमसीक्यू ਦੀ ਫਾਰਮ ਦੇ ਵਿੱਚ ਰੱਖਾਂਗੇ ਤੇ ਇਸ ਜੋ ਲੈਕਚਰ ਦਾ ਪੀਡੀਐਫ ਹੈ ਤੁਹਾਨੂੰ ਟੈਲੀਗ੍ਰam ਤੇ ਪ੍ਰੋਵਾਈਡ ਹੋ ਜਾਏਗਾ ਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਵੀ ਤੁਸੀਂ ਮੈਨੂੰ ਜੁਆਇਨ ਕਰ ਸਕਦੇ ਹੋ ਉਸ ਦੇ ਵਿੱਚ ਜੋ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਪ੍ਰੋਵਾਈਡ ਹੋ ਜਾਣਗੇ ਇਹਨਾਂ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਕੋ ਇੱਕ ਬੇਨਤੀ ਹੈ ਵੀ ਆਪਣੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦਿਆ ਕਰੋ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਯੂਜ਼ ਕਰ ਰਹੇ ਹੋ ਠੀਕ ਹੈ ਉਸ ਤੇ ਆਪਣੀ ਜੋ ਵੀਡੀਓ ਦਾ ਲਿੰਕ ਹੈ ਉਸ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਚਲੋ ਜੀ ਹੁਣ ਆਪਾਂ ਕੱਲ ਨੂੰ ਮਿਲਦੇ ਆਂ ਤੇ ਜੋ ਵੀਡੀਓ ਹੈ ਇਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ